ਜ਼ਿਲ੍ਹਾ ਐਬਟਾਬਾਦ, ਤਹਿਸੀਲ ਹਵੇਲੀਆਂ, ਯੂਨੀਅਨ ਕੌਂਸਲ ਮਜੂਆ ਤੇ ਵਿਲੇਜ ਕੌਂਸਲ ਰਿਆਲਾ ਦਾ ਗ੍ਰਾਂ ਸੰਵਾਲਾ ਆਪਣੀ ਉਚਾਈ ਤੇ ਸੁਣਿਆਈ ਵਿੱਚ ਆਪਣੀ ਮਿਸਾਲ ਆਪੇ। ਇਸ ਗ੍ਰਾਂ ਦਾ ਫਾਸਲਾ ਹਵੇਲੀਆਂ ਸ਼ਹਿਰ ਤੋਂ ਤਕਰੀਬਨ 8 ਕਿਲੋਮੀਟਰ ਹੈ। ਹਵੇਲੀਆਂ ਸ਼ਹਿਰ ਦੇ ਕਰੀਬੀ ਗ੍ਰਾਂ ਫੁਲਵਾਲੀ ਤੋਂ ਇੱਕ ਸ਼ਿੜਕ ਨਿਖੜ ਜੁਲਦੀ ਹੈ ਜਿਸਾਂ ਬੋਦਲਾ ਰੋਡ ਆਖਿਆ ਜੁਲਦਾ ਹੈ। ਇਹ ਸ਼ਿੜਕ ਹੈ ਤੇ ਤੰਗ ਹੈ ਪਰ ਪਹਾੜੀ ਇਲਾਕਾ ਹੋਣੇ ਦੀ ਵਜ੍ਹਾ ਨਾਲ ਬੂਈ ਸੋਹਣੀ ਲੱਗਦੀ ਹੈ। ਟਾਕੇ ਜਿੰਜੂ ਜਿੰਜੂ ਉੱਚੇ ਹੁੰਦੇ ਜੁਲਦੇ ਨੇ, ਇਸ ਇਲਾਕੇ ਦੀ ਸੁਣਿਆਈ ਵੱਧਦੀ ਜੁਲਦੀ ਹੈ ਤੇ ਨਾਲ ਨਾਲ ਮੌਸਮ ਵੀ ਖੁਸ਼ਗਵਾਰ ਹੁੰਦਾ ਜੁਲਦਾ ਹੈ। ਹਾਜੀਆ ਗਲੀ ਪਹੁੰਚ ਕੇ ਹੇਕਰਾ ਤਾਰੀਖੀ ਗ੍ਰਾਂ ਚਮਨੱਕਾ ਦਰ ਮੁੜ ਜੁਲਦਾ ਤੇ ਬੋਦਲਾ ਰੋਡ ਦੀ ਚੜ੍ਹਾਈ ਵੀ ਖਤਮ ਹੋ ਜੁਲਦੀ ਹੈ। ਇੱਥੋਂ ਹਜ਼ਾਰੇ ਦੀ ਇਹ ਖੂਬਸੂਰਤ ਵਾਦੀ ਏ ਨੀਲਾਂ ਦਾ ਨਜ਼ਾਰਾ ਵੀ ਬੂਈ ਅੱਛਾ ਲੱਗਦਾ। ਹਾਜੀਆ ਗਲੀ ਤੋਂ ਥੋੜ੍ਹਾ ਜਿਹਾ ਸਫ਼ਰ ਕਰਨ ਤੋਂ ਬਾਅਦ ਗ੍ਰਾਂ ਸੰਵਾਲਾ ਸ਼ੁਰੂ ਹੋ ਜੁਲਦਾ। ਜਿਸ ਨਕੇ ਨਾਲ ਇਹ ਗ੍ਰਾਂ ਆਬਾਦ ਏ, ਇਸੀ ਨਕੇ ਦੇ ਦੂਏ ਪਾਸੇ 2016 ਵਿੱਚ PIA ਦਾ ਬਦਕਿਸਮਤ ਜਹਾਜ਼ ਟਠਾਇਆ ਜਿਸ ਦੇ ਸਾਰੇ ਮੁਸਾਫ਼ਰ ਤੇ ਅਮਲਾ ਸ਼ਹੀਦ ਹੋ ਗਏ। ਗ੍ਰਾਂ ਸੰਵਾਲਾ ਦੇ ਬਾਰੇ ਵਿੱਚ ਆਖਦੇ ਨੇ ਕਿ ਇਹ ਇੱਥੇ ਪਿਛਲੇ ਤਕਰੀਬਨ 300 ਸਾਲਾਂ ਤੋਂ ਆਬਾਦ ਏ ਤੇ ਇਸ ਆਬਾਦ ਕਰਨ ਵਾਲੇ ਮੀਰ ਬਾਜ਼ ਖਾਨ ਜਦੂ ਨੇ ਤੇ ਹੁਣ ਇੱਥੇ ਉਹਨਾਂ ਦੀ ਔਲਾਦ ਆਬਾਦ ਏ। ਅੱਜ ਦੇ ਸੰਵਾਲਾ ਦੀ ਆਬਾਦੀ ਤਕਰੀਬਨ 20,000 ਏ। ਇਸ ਗ੍ਰਾਂ ਦੇ ਆਰਚ ਫੇਰੀ ਗ੍ਰਾਵਾਂ ਵਿੱਚ ਚੰਦੂ ਮਹਿਰਾ, ਕੜਛ, ਰਿਆਲਾ, ਬੋਦਲਾ, ਮਾਂਝੀਆ ਤੇ ਹਾਜੀਆ ਸ਼ਾਮਿਲ ਹਨ। ਇੱਥੇ ਬਸਣ ਵਾਲੀਆਂ ਕੌਮਾਂ ਵਿੱਚ ਜਦੂਨ, ਅਵਾਣ, ਸੱਯਦ ਤੇ ਗੁਜਰ ਸ਼ਾਮਿਲ ਹਨ। ਸੰਵਾਲਾ ਵਿੱਚ ਖਾਨਦਗੀ ਦਾ ਮਿਆਰ ਤਕਰੀਬਨ 50% ਏ। ਜ਼ਿਆਦਾਤਰ ਲੋਕਾਂ ਦਾ ਜ਼ਰੀਆ ਮੁਆਸ਼ ਜ਼ਿਮੀਦਾਰੀ ਤੇ ਮਾਲ ਡੰਗਰ ਪਾਲਣਾ। ਇੱਥੇ ਦੇ ਜ਼ਿਆਦਾਤਰ ਲੋਕ ਰੁਜ਼ਗਾਰ ਦੇ ਸਿਲਸਿਲੇ ਵਿੱਚ ਪਾਕਿਸਤਾਨ ਦੇ ਹੋਰ ਸ਼ਹਿਰਾਂ ਵਿੱਚ ਰਹਿੰਦੇ ਨੇ। ਖਾਸ ਕਰ ਪਿੰਡੀ ਵਿੱਚ ਬਹੁਤ ਜ਼ਿਆਦਾ ਲੋਕ ਆਬਾਦ ਹਨ। ਬਿਜਲੀ ਹਰ ਘਰ ਲੱਗੀ ਦੀ ਏ, ਪਾਣੀ ਵੀ ਹਰ ਘਰੇ ਵਿੱਚ ਮੌਜੂਦ ਏ, ਜਿਹੜਾ ਇੱਕ ਸਾਬਕ ਸੂਬਾਈ ਵਜ਼ੀਰ ਆਜੀ ਮੁਨਸਫ ਖਾਨ ਜਦੂਨ ਮਰਹੂਮ ਦੀ ਇੱਕ ਸਕੀਮ ਦੇ ਜ਼ਰੀਏ ਇੱਥੇ ਪਹੁੰਚਾਇਆ ਗਿਆ ਆ। ਤਾਲੀਮੀ ਸਹੂਲਤਾਂ ਵਿੱਚ ਜਾਤਕਾਂ ਅਤੇ ਕੁੜੀਆਂ ਵਾਸਤੇ ਦੋ ਪ੍ਰਾਇਮਰੀ ਸਕੂਲ ਕੰਮ ਪੇ ਕਰਦੇ ਨੇ ਤੇ ਸਿਹਤ ਦੀ ਇੱਥੇ ਕੋਈ ਸਹੂਲਤ ਮੌਜੂਦ ਨਹੀਂ, ਜਦਕਿ ਮਾਲ ਡੰਗਰਾਂ ਵਾਸਤੇ ਇੱਕ ਡਿਸਪੈਂਸਰੀ ਜ਼ਰੂਰ ਮੌਜੂਦ ਏ। ਇਸ ਗ੍ਰਾਂ ਦੇ ਨਿੱਕੇ ਨਿੱਕੇ ਮੁਹੱਲਿਆਂ ਆਪੇ ਵਿੱਚ ਮਿਲਾਉਣੇ ਵਾਸਤੇ ਕੋਈ ਸ਼ਿੜਕ ਮੌਜੂਦ ਨਹੀਂ ਜਿਸ ਨਾਲ ਮਕਾਮੀ ਆਬਾਦੀਆਂ ਖਾਸੀ ਤਕਲੀਫ ਹੁੰਦੀ ਏ। ਗ੍ਰਾਂ ਸੰਵਾਲਾ ਦੇ ਵਸਨੀਕਾਂ ਨਾਲ ਮਿਲਵਾਉਣੇ ਵਾਸਤੇ ਅੱਜ ਅਸਾਂ ਆਪਣੀ ਡੇਡੀ ਇੱਥੇ ਹੀ ਲਹਿਰਾਸਬ ਖਾਨ ਜਦੂਨ ਚੇਅਰਮੈਨ NDA ਸੰਵਾਲਾ ਦੀ ਡੇਡੀ ਵਿੱਚ ਸਜਾਈਏ ਤੇ ਇਸ ਡੇਡੀ ਦਾ ਆਰਕੀਤ ਹੈ ਸਰਦਾਰ ਅਰਸ਼ਦ ਰਹਿਮਾਨ ਖਾਨ, ਚੇਅਰਮੈਨ NDF ਵਾਦੀ ਨੀਲਾ ਆਉਣਾ। ਅੱਜ ਪੇਸ਼ ਏ ਇਸ ਦਾ ਪਹਿਲਾ ਹਿੱਸਾ ਤੇ ਦੂਆ ਤੇ ਆਖਰੀ ਹਿੱਸਾ ਤੁਸੀਂ ਅਤਾਰੇ ਵਾਲੇ ਦਿਹਾੜੇ ਦੇ ਹੱਥ। ਬਿਸਮਿਲ੍ਲਾਹ ਰਹਿਮਾਨ ਰਹੀਮ, ਅਸਲਾਮੁ ਅਲੈਕੁਮ। K2 ਟੈਲੀਵਿਜ਼ਨ ਦੀ ਇੱਕ ਹੋਰ ਡੇਡੀ ਕਿਨਕੀ ਕਾਸ਼ਿਫ ਮਲਿਕ ਸਾਹਿਬ ਦੀ ਖਿਦਮਤ ਹਾਜ਼ਰ ਹੈ। ਜਨਾਬ, ਡੇਡੀ ਦਾ ਇਹ ਸਫ਼ਰ ਜਾਰੀ ਹੈ ਔਰ ਮੁਖਤਲਿਫ ਇਲਾਕਿਆਂ, ਮੁਖਤਲਿਫ ਗ੍ਰਾਵਾਂ ਤੱਕ ਅਸੀਂ ਜੁੜਦੇ ਹਾਂ। ਅਸੀਂ ਸ਼ਹਿਰਾਂ ਵਿੱਚ ਵੀ ਡੇਡੀ ਕਰਨੇ ਔਰ ਗ੍ਰਾਵਾਂ ਵਿੱਚ ਵੀ ਕਰਨੇ ਹਾਂ ਅਤੇ ਅਸਲ ਜਿਹੜਾ ਮਜ਼ਾ ਹੁੰਦਾ ਇਸ ਡੇਡੀ ਦਾ ਉਹ ਗ੍ਰਾਵਾਂ ਵਿੱਚ ਹੁੰਦਾ ਅਤੇ ਤੁਸੀਂ ਅਸਾਂ ਪਸੰਦ ਵੀ ਕਰਦੇ ਹੋ। ਅੱਜ ਇਸ ਗ੍ਰਾਮ ਵਿੱਚ ਅਸੀਂ ਮੌਜੂਦ ਹਾਂ ਜੀ, ਸਾਡੇ ਜ਼ਿਲ੍ਹਾ ਐਬਟਾਬਾਦ ਦਾ, ਤਹਿਸੀਲ ਹਵੇਲੀਆਂ ਦਾ ਬੜਾ ਹੀ ਖੂਬਸੂਰਤ ਗ੍ਰਾਮ ਹੈ ਸੰਵਾਲਾ। ਇਸ ਗ੍ਰਾਮ ਆਖਦੇ ਨੇ ਸ਼ੁਰੂ ਵਿੱਚ, ਬਿਲਕੁਲ ਸਾਨੂੰ ਤਫਸੀਲ ਮੈਂ ਸਾਰੀ ਇਸ ਬਾਰੇ ਵੀ ਦੱਸ ਜੁੜੀਏ। ਇੱਥੇ ਮੌਜੂਦ ਹਾਂ ਅਤੇ ਸਾਹਮਣੇ ਦਾ ਮਹੀਨਾ ਸ਼ੁਰੂ ਹੋ ਗਿਆ ਅਤੇ ਸਾਹਮਣੇ ਦੇ ਮਹੀਨੇ ਦੀ ਆਪਣੀ ਇੱਕ ਸੁਣਾਈ ਹੁੰਦੀ ਹੈ। ਮੇਰੇ ਤੁਸਾਂ ਕੰਢੀ ਪਿੱਛੇ ਜਿਹੜੇ ਟਾਕੇ ਨਜ਼ਰ ਆਉਂਦੇ ਨੇ, ਇਹ ਹੁਣ ਸਬਜ਼ ਹੋ ਗਏ ਅਤੇ ਅਸੀਂ ਵੈਸੇ ਸਾਡੀ ਹਿੰਦੋ ਵਿੱਚ ਆਮ ਲਫ਼ਜ਼ ਇਸਤੇਮਾਲ ਹੁੰਦੇ ਨੀਲੇ ਹੋ ਗਏ ਅਤੇ ਜਨਾਬ ਇਹ ਜਿਹੜੀ ਹੈ ਗ੍ਰੀਨਰੀ ਹੈ, ਇਹ ਇਸ ਵਿੱਚ ਹੋਰ ਇਜ਼ਾਫਾ ਹੋ ਸੀ, ਇਹੀ ਸੁਣਾਈ ਹੈ ਸਾਡੇ ਇਲਾਕੇ ਦੀ। ਅਤੇ ਅਸੀਂ ਇਸ ਡੇਡੀ ਵਿੱਚ ਜਨਾਬ ਮਸਾਇਲ ਵੀ ਜਿਹੜੇ ਹੁੰਦੇ ਉਹ ਵੀ ਹਾਈਲਾਈਟ ਕਰਨੇ ਹਾਂ ਅਤੇ ਇਲਾਕਿਆਂ ਦੇ ਬਾਰੇ ਵਿੱਚ ਦੱਸਣੇ ਆ ਕਿ ਕਿਹੜਾ ਇਲਾਕਾ ਕਿਤਨਾ ਖੂਬਸੂਰਤ ਹੈ। ਤੁਸੀਂ ਕਦੇ ਹਵੇਲੀਆਂ ਵਿੱਚ ਹੋ, ਇਸ ਗ੍ਰਾਂ ਤੱਕ ਆਉਣਾ ਚਾਹੋ ਅਤੇ ਫਿਰ ਤੁਸੀਂ ਬੋਦਲਾ ਰੋਡ 'ਤੇ ਆਉਣਾ ਪੈਂਦਾ, ਇਹੀ ਬੋਦਲਾ ਰੋਡ ਅੱਗੇ ਨਿਕਲ ਜੁਲਦਾ ਅਤੇ ਕਿਨਾਰੇ ਉੱਤੇ ਗ੍ਰਾਂ ਹੈ। ਸਾਡੇ ਸਦੀਆਂ ਤੋਂ ਆਬਾਦ ਹੈ ਗ੍ਰਾਂ ਔਰ ਇਹਨਾਂ ਗ੍ਰਾਵਾਂ ਦੇ ਲੋਕਾਂ ਆਪਣੀ ਸਕਾਫਤ,
ਆਪਣੀ ਜਿਹੜੀ ਅਕਦਾਰ ਹੋਣ ਆਪਣੇ ਆਬਾਓ ਅਜਦਾਦ ਤੋਂ ਜਿਹੜੇ ਰਸਮੋ ਰਿਵਾਜ਼ ਹੋਣ ਉਹ ਹਲੇ ਵੀ ਜਾਰੀ ਰੱਖਦੇ ਨੇ। ਅੱਜ ਤੁਸੀਂ ਇਸੇ ਦੇਖੋ ਡੇਢੀ ਵੀ ਲੋਕਾਂ ਨਾਲ ਗੱਲਬਾਤ ਕਰ ਸਾਂ ਅਤੇ ਤੁਸਾਂ ਬਿਲਕੁਲ ਨਜ਼ਰ ਆ ਸੀ ਕਿ ਜਨਾਬ ਜਿਹੜਾ ਸਾਡਾ ਗਰਾਵਾਂ ਦਾ ਇੱਕ ਮਾਹੌਲ ਹੈ ਉਹ ਬਿਲਕੁਲ ਸਾਡਾ ਕਾਇਮ ਹੈ। ਔਰ ਇਸ ਡੇਢੀ ਦੇ ਬਾਰੇ ਵਿੱਚ ਇੱਕ ਹੋਰ ਖਾਸ ਗੱਲ ਵੀ ਹੈ ਕਿ ਇਹ ਡੇਢੀ ਅਸਾਂ ਕੱਲ੍ਹ ਰਿਕਾਰਡ ਕਰਨੀ ਸੀ ਲੇਕਿਨ ਸ਼ਦੀਦ ਬਾਰਿਸ਼ ਦੀ ਵਜ੍ਹਾ ਤੋਂ ਰਿਕਾਰਡ ਨਹੀਂ ਕਰ ਰੱਖੀ। ਅੱਜ ਫਿਰ ਅਸੀਂ ਦੁਬਾਰਾ ਇੱਥੇ ਆਏ ਹਾਂ ਔਰ ਇਸ ਡੇਢੀ ਵਿੱਚ ਉਹ ਲੋਕ ਵੀ ਜ਼ਿਆਦਾ ਆਏ ਦੇ ਜਿਹਨਾਂ ਤਾਲਕ ਇਸ ਗਰਾਂ ਨਾਲ ਹੈ ਲੇਕਿਨ ਉਹ ਪਿੰਡੀ ਵਿੱਚ ਆਪਣੇ ਕੰਮ ਕਾਰੋਬਾਰ ਵਾਸਤੇ ਮੁਕੀਮ ਹਨ। ਉਹ ਸਾਰੇ ਲੋਕ ਇੱਥੇ ਮੌਜੂਦ ਹਨ। ਹਰ ਚਫੇਰੀ ਇਲਾਕਿਆਂ ਵਿੱਚੋਂ ਵੀ ਲੋਕ ਆਏ ਦਿਨ ਯਕੀਨਨ ਤੁਸਾਂ ਇੱਕ ਅੱਛੀ ਡੇਢੀ ਦੇਖਣ ਵਾਸਤੇ ਮਿਲ ਸੀ। ਤੁਸੀਂ ਜਨਾਬ ਡੇਢੀ ਅਸਾਂ ਸ਼ੁਰੂ ਕਰਕੇ ਦੀਏ, ਤੁਸੀਂ ਡੇਢੀ ਦੇਖੋ ਮਿਜੁਰਨਾ ਡੇਢੀ ਵਿੱਚ ਅਤੇ ਫਿਰ ਟੀਮ ਦਾ ਵੀ ਤਾਰਫ ਕਰਾਉਂਦੇ ਹਾਂ ਅਤੇ ਬਾਕੀ ਸਿਲਸਿਲਾ ਵੀ ਸ਼ੁਰੂ ਕਰਦੇ ਹਾਂ। ਜੀ ਨਾਜ਼ਰੀਨ, ਬਾਕਾਇਦਾ ਤੌਰ 'ਤੇ ਜਨਾਬ ਡੇਢੀ ਵਿੱਚ ਆ ਰਹੇ ਹਾਂ ਔਰ ਡੇਢੀ ਸਾਡੀ ਬਿਲਕੁਲ ਗਰਾਂ ਸੰਭਾਲਾ। ਤੁਸਾਂ ਸਾਰੀ ਤਫਸੀਲ ਇਸ ਦਾ ਪਤਾ ਲੱਗੇ ਸੀ। ਉਸਾਂ ਪਤਾ ਕਿ ਡੇਢੀ ਜਿਸ ਹਿੱਸੇ 'ਚ ਜੁਲਦੀ ਹੈ ਡੇਢੀ ਦੀ ਇੱਕ ਪੂਰੀ ਟੀਮ ਸਫ਼ਰ ਕਰਦੀ ਹੈ ਅਤੇ ਉਸ ਟੀਮ ਦਾ ਤਾਰਫ ਕਰਾਉਣਾ ਵੀ ਜ਼ਰੂਰੀ ਹੁੰਦਾ। ਸਵਾਤੀ ਮਾਮਾ ਸਾਡੀ ਡੇਢੀ ਦੀ ਜਾਨ, ਸਾਡੀ ਡੇਢੀ ਦਾ ਥੰਮ ਹੁੰਦੇ ਨੇ, ਹਮੇਸ਼ਾ ਸਾਡੇ ਨਾਲ ਮੌਜੂਦ ਹਨ। ਇਹਨਾਂ ਦੀ ਸ਼ਾਇਰੀ ਜਨਾਬ ਤੁਸੀਂ ਡੇਢੀ ਵਿੱਚ ਸੁਣਦੇ ਹੋ ਅਤੇ ਸਪੋਲਾ ਔਰ ਪੋਲਾ ਅਕਸਰ ਅਸਰ ਲੇਟ ਹੋ ਜਾਂਦਾ ਅਤੇ ਅੱਜ ਵੀ ਲੇਟ ਹੈ। ਦੇਖੋ ਥੋੜ੍ਹੀ ਦੇਰ ਮਤ ਆ ਰਹਾ ਵੇ ਸਾਡੇ ਨਾਲ। ਅੱਛਾ, ਅਸਾਂ ਡੇਢੀ ਦੀ ਦਾ ਇਹ ਵੀ ਇੱਕ ਐਜ਼ਾਜ਼ ਹਾਸਿਲ ਹੈ ਡੇਢੀ ਆ ਕਿ ਡੇਢੀ ਜਿਹੜੀ ਹੈ ਜਨਾਬ ਅਸਾਂ ਬਹੁਤ ਸਾਰੇ ਨਵੇਂ ਸਿੰਗਰ ਜਿਹੜੇ ਨੇ ਨਵੇਂ ਗੁਲੂਕਾਰ ਅਸਾਂ ਮੁਤਾਰਫ ਕਰਾਏ ਨੇ ਇਸ ਡੇਢੀ ਵਿੱਚ। ਅੱਜ ਦੋ ਗੁਲੂਕਾਰ ਇਸ ਡੇਢੀ ਵਿੱਚ ਨਵੇਂ ਆਏ ਦਿਨ ਔਰ ਦੋਵੇਂ ਪਹਿਲੀ ਵਾਰੀ ਪੇ ਟੂ ਟੈਲੀਵਿਜ਼ਨ 'ਤੇ ਪਰਫਾਰਮ ਕਰ ਸਨ। ਬਸ ਕਿਸੇ ਬਲਕਿ ਕਿਸੇ ਵੀ ਟੀ ਵੀ ਉੱਤੇ ਸੈਟੇਲਾਈਟ ਟੀ ਵੀ ਉੱਤੇ ਪਹਿਲੀ ਵਾਰੀ ਜਿਹੜੇ ਨੇ ਅਤੇ ਦੋ ਸਿੰਗਰ ਜਿਹੜੇ ਨੇ ਉਹ ਪਰਫਾਰਮ ਕਰ ਸਨ। ਇਹਨਾਂ ਵਿੱਚ ਜਨਾਬ ਇੱਕ ਕਾਸ਼ਿਫ ਸੱਤਾਰ ਅਤੇ ਦੂਏ ਸ਼ਕੂਰ ਹਜ਼ਾਰਵੀ। ਇਹਨਾਂ ਤੁਸੀਂ ਸੁਣ ਸੋ ਔਰ ਯਕੀਨਨ ਤੁਸਾਂ ਅੱਛਾ ਲੱਗ ਸੀ। ਸਾਡੀ ਕੈਮਰਾ ਟੀਮ ਜੀ ਨਵੀਦ ਸ਼ਹਿਜ਼ਾਦ ਸਾਡੇ ਨਾਲ ਮੌਜੂਦ ਹਨ, ਇਸ ਟੀਮ ਐਡ ਕਰਦੇ ਨੇ ਅਤੇ ਡਰੋਨ ਕੈਮਰੇ 'ਤੇ ਵੀ ਆਪ ਹੁੰਦੇ ਨੇ। ਉਹਨਾਂ ਨਾਲ ਕਾਸ਼ੀ ਅਤੇ ਆਲੀਆਨ ਤੁਸਾਂ ਵਾਸਤੇ ਇੱਕ ਅੱਛੀ ਡੇਢੀ ਉਹ ਰਿਕਾਰਡ ਕਰਦੇ ਨੇ। ਜਨਾਬ ਫਿਰ ਇਹ ਡੇਢੀ ਜਿਸੇ ਤਿਆਰ ਹੋ ਕੇ ਤੁਸੀਂ ਤੱਕ ਪਹੁੰਚਦੀ ਹੈ ਅਤੇ ਫਿਰ ਆਪਣਾ ਇੱਕ ਮਜ਼ਾ ਹੁੰਦਾ ਔਰ ਇਸ ਦੀ ਐਡੀਟਿੰਗ ਹੁੰਦੀ ਹੈ ਰਿਜ਼ਵਾਨ ਸਰਵਰ ਕੋਲ, ਉਹ ਤੁਸਾਂ ਵਾਸਤੇ ਡੇਢੀ ਤਿਆਰ ਕਰਦੇ ਨੇ। ਪ੍ਰੋਡਿਊਸਰ ਇਸ ਪ੍ਰੋਗਰਾਮ ਦੇ ਸ਼ਬੀਰ ਸਵਾਤੀਨ ਅਤੇ ਜਨਾਬ ਤੁਸਾਂ ਵਾਸਤੇ ਇੱਕ ਅੱਛਾ ਪ੍ਰੋਗਰਾਮ ਅਸੀਂ ਕੋਸ਼ਿਸ਼ ਕਰਨੇ ਹਾਂ ਕਿ ਤਿਆਰ ਕਰਾਂ। ਡੇਢੀ ਦੀ ਤਰਤੀਬ ਇਸ ਤਰ੍ਹਾਂ ਹੁੰਦੀ ਹੈ ਜੀ ਕਿ ਅਸੀਂ ਜਨਾਬ ਸਵਾਤੀ ਮਾਮੇ ਤੋਂ ਸ਼ੁਰੂ ਕਰਨੇ ਹਾਂ ਅਤੇ ਅੱਜ ਸਵਾਤੀ ਮਾਮੇ ਦਾ ਥੋੜ੍ਹਾ ਜਿਹਾ ਗਲਾ ਖਰਾਬ ਹੈ ਅਤੇ ਥੋੜ੍ਹਾ ਜਿਹਾ ਮੇਰਾ ਖਿਆਲ ਪਹਿਲੇ ਉਹਨਾਂ ਨਾਲ ਗੱਲ ਕਰਕੇ ਨਾ ਕਿ ਜਿਹਨਾਂ ਡੇਢੀ ਦਾ ਆਰ ਕੀਤਾ। ਮੈਂ ਸਾਰਿਆਂ ਕੋਲੋਂ ਪਹਿਲੇ ਜਨਾਬ ਜਿਹੜੀ ਗੁਜ਼ਾਰਿਸ਼ ਵੀ ਕਰ ਸਾਂ ਔਰ ਸ਼ੁਕਰੀਆ ਵੀ ਅਦਾ ਕਰ ਸਾਂ ਸਾਡੇ ਪ੍ਰਾਨ ਅਤੇ ਮੈਂ ਪਹਿਲੇ ਤੁਸਾਂ ਯਾਦ ਹੋ ਸੀ ਬਲਕਿ ਤੁਸਾਂ ਮੈਂ ਥੋੜ੍ਹੀ ਜਿਹੀ ਉਹਨਾਂ ਦੇ ਘਰ ਦੀ ਜਾਂ ਉਹਨਾਂ ਦੀ ਡੇਢੀ ਦੀਆਂ ਤਸਵੀਰਾਂ ਵੀ ਦੱਸਾਂ। ਸਰਦਾਰ ਅਰਸ਼ਦ ਰਹਿਮਾਨ ਖਾਨ ਅਸਾਂ ਡੇਢੀ ਇਹਨਾਂ ਦੇ ਗ੍ਰਾਇਮ ਵਿੱਚ ਕੀਤੀ ਚੰਦੂ ਮੈਰੇ ਵਿੱਚ ਔਰ ਉਹ ਡੇਢੀ ਬੜੀ ਜ਼ਬਰਦਸਤ ਖੂਬਸੂਰਤ ਹੈ। ਸਰਦਾਰ ਅਰਸ਼ਦ ਰਹਿਮਾਨ ਸਾਹਿਬ ਇਸ ਡੇਢੀ ਦਾ ਆਰ ਕੀਤਾ ਲੇਕਿਨ ਇਹ ਉਹਨਾਂ ਦੇ ਗ੍ਰਾਇਮ ਵਿੱਚ ਡੇਢੀ ਨਹੀਂ ਹੋ ਰਹੀ, ਇਹ ਡੇਢੀ ਹੋ ਰਹੀ ਹੈ ਉਹਨਾਂ ਦੇ ਗ੍ਰਾਇਮ ਵਿੱਚ ਕਰੀਬ ਗ੍ਰਾਮ ਸੰਭਾਲਾ ਔਰ ਜਿਹਨਾਂ ਦੀ ਡੇਢੀ ਵਿੱਚ ਮੌਜੂਦਾ ਲਹਿਰਾਸਫ ਖਾਨ ਜਦੂਨ ਮੇਰੇ ਨਾਲ ਬੈਠੇ ਦਿਨ ਇਹਨਾਂ ਦੀ ਇਹ ਡੇਢੀ ਹੈ ਅਤੇ ਗੱਪਸ਼ਪ ਇਹਨਾਂ ਤੋਂ ਹੀ ਸ਼ੁਰੂ ਕਰਨੇ ਆ। ਲੇਕਿਨ ਸਭ ਤੋਂ ਪਹਿਲੇ ਗੱਲ ਕਰਸਾਂ ਜੀ ਸਾਡੇ ਨਾਲ ਬੈਠੇ ਦਿਨ ਸਰਦਾਰ ਅਰਸ਼ਦ ਉਰ ਰਹਿਮਾਨ ਸਾਹਿਬ ਇਹਨਾਂ ਨਾਲ ਗੱਲ ਕਰਨੇ ਆ ਅਤੇ ਇਸ ਤੋਂ ਅੱਗੇ ਫਿਰ ਬਸਾਂ ਅਤੇ ਲਹਿਰਾਸੋ ਖਾਨ ਸਾਹਿਬ ਨਾਲ ਵੀ ਸਾਡੀ ਗੱਲ ਜਾਰੀ ਅਸੀਂ ਬਦਲ ਪਿਆ ਗੜਕਦਾ ਲੇਕਿਨ ਕੋਸ਼ਿਸ਼ ਕਰਸਾਂ ਜੀ ਕਿ ਤੁਸਾਂ ਵਾਸਤੇ ਅਸੀਂ ਪ੍ਰੋਗਰਾਮ ਬਿਹਤਰੀਨ ਤਰੀਕੇ ਤੇ ਰਿਕਾਰਡ ਕਰਕੇ ਨਾ। ਸਰਦਾਰ ਸਾਹਿਬ ਬੜੀ ਨਵਾਜ਼ਿਸ਼ ਜਨਾਬ, ਮਿਹਰਬਾਨੀ, ਮੈਂ ਤੁਸਾਂ ਰਿਕੁਐਸਟ ਕੀਤੀ ਅਤੇ ਤੁਸਾਂ ਇੱਕਦਮ ਸਾਡੇ ਵਾਸਤੇ ਡੇਢੀ ਅਰੇਂਜ ਕੀਤੀ। ਕੱਲ੍ਹ ਡੇਢੀ ਨਹੀਂ ਹੋ ਕੀ, ਬਾਰਿਸ਼ ਹੋ ਗਈ ਲੇਕਿਨ ਉਸਦੇ ਬਾਵਜੂਦ ਔਰ ਇਹ ਸਾਰਿਆਂ ਲੋਕਾਂ ਵਾਸਤੇ ਬੰਦੋਬਸਤ ਕਰਨਾ, ਇਹ ਸਾਰਾ ਕੁਝ ਕਰਨਾ। ਜਦੂਨ ਸਾਹਿਬ ਦਾ ਸ਼ੁਕਰੀਆ ਵੀ ਅਦਾ ਕਰ ਸਾਂ ਲੇਕਿਨ ਤੁਹਾਡਾ ਸ਼ੁਕਰੀਆ ਅਦਾ ਕਰਨਾ ਜ਼ਰੂਰੀ ਹੈ ਕਿ ਤੁਸਾਂ ਇਹ ਆਰ ਕੀਤਾ ਅਤੇ ਸਾਰਾ ਸਿਲਸਿਲਾ ਹੋਇਆ ਅਤੇ ਬੜੀ ਨਵਾਜ਼ਿਸ਼ ਤੁਸਾਂ ਦੀ, ਮੈਂ ਸ਼ੁਕਰੀਆ ਅਦਾ ਕਰਨਾ ਅਤੇ ਕੀ ਆਖੋ ਤੁਸੀਂ? ਬਿਸਮਿਲ੍ਲਾਹਿਰ ਰਹਿਮਾਨਿਰਹੀਮ, ਮੈਂ ਸਭ ਤੋਂ ਪਹਿਲਾਂ ਜਨਾਬ ਮਲਕ ਅਸ਼ ਸਾਹਿਬ ਤੁਹਾਡਾ ਔਰ ਤੁਹਾਡੀ ਟੀਮ ਸਵਾਤੀ ਮਾਮਾ ਔਰ ਬੋਲਾ ਨਾ ਕਰ ਇਤਨਾ ਰੋਲਾ ਔਰ ਤਮਾਮ ਟੀਮ ਨਾਲ ਸ਼ੁਕਰੀਆ ਅਦਾ ਕਰਨਾ ਕਿ ਉੱਥੇ ਮੌਜੂਦ ਆਏ ਔਰ ਮੈਂ ਸਪੈਸ਼ਲੀ ਸੰਵਾਲੇ ਨੇ ਜਿਹੜੇ ਲੋਕ ਇੱਥੇ ਪ੍ਰੋਗਰਾਮ ਦੇਖ ਰਹੇ ਇਸ ਤਰ੍ਹਾਂ ਜਿਹੜੇ ਮੇਰੇ ਇਸ ਤੋਂ ਪਹਿਲਾਂ ਮਿਹਰਬਾਨ ਹੈ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਕਿ ਉਹ ਸ਼ਾਰਟ ਟਾਈਮ ਵਿੱਚ ਸਾਡੇ ਕੋਲ, ਕੱਲ੍ਹ ਵੀ ਬਾਰਿਸ਼ਾਂ ਵਿੱਚ ਉਹਨਾਂ ਤਕਲੀਫ ਹੋਈ ਔਰ ਅੱਜ ਵੀ ਆਏ ਔਰ ਖਾਸ ਕਰਕੇ ਮੈਂ NDA ਦੇ ਚੇਅਰਮੈਨ ਰਾਸਫ ਖਾਨ ਜਦੂਨਾ ਮਮਨੂਨ ਆ ਔਰ ਨਾਲ ਹੀ ਉਹਨਾਂ ਨੇ ਦੂਸਰੇ ਕਿਸਾਨ ਕੌਂਸਲਰ ਸਾਹਿਬ ਹਨ ਮੁਸਤਫਾ ਸਾਹਿਬ ਔਰ ਉਹਨਾਂ ਦੀ ਪੂਰੀ ਟੀਮ ਨਾਲ ਮਸ਼ਹੂਰ ਹਾਂ ਕਿ ਜਿਨ੍ਹਾਂ ਨੇ ਮੇਰੀ ਰਿਕੁਐਸਟ ਹੈ, ਮੇਰੀ ਪ੍ਰਪੋਜ਼ਲ 'ਤੇ ਰਾਸਫ ਖਾਨ ਨੇ ਇਕਦਮ ਕੰਮ ਕੀਤੇ ਔਰ ਬੁਨਿਆਦੀ ਤੌਰ 'ਤੇ ਉਹਨਾਂ ਦੀ ਖੁਆਇਸ਼ ਇਹ ਕਿ ਮੈਂ ਸਵਾਲੇ ਗ੍ਰਾਹਾਂ ਇਤਨਾ ਮੈਂ ਰੋਸ਼ਨਾਸ ਕਰਾਵਾਂ ਕਿ ਜਿਤਨਾ ਉਸ ਨਾਲ ਹੱਕ ਹੈ ਕਿ ਮੈਂ ਆਪਣਾ ਹੱਕ ਅਦਾ ਕਰ ਸਕਾਂ ਔਰ ਇਸੇ ਤਰੀਕੇ ਨਾਲ ਇਹਨਾਂ ਦੀ ਇਹ ਵੀ ਕੋਸ਼ਿਸ਼ ਹੈ ਜਦੋਂ ਤੋਂ ਇਲੈਕਟ ਹੋਏ ਐਜ਼ ਏ ਜਨਰਲ ਕੌਂਸਲਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਸਵਾਲੇ ਦੀ ਮਹਿਰੂਮੀਆਂ ਦੂਰ ਕਰਾਂ। ਮੈਂ ਥੋੜ੍ਹਾ ਜਿਹਾ ਅਰਜ਼ ਇਹ ਕਰਾਂ ਕਿ ਅਲਹਮਦੁਲਿਲਾ ਅੱਲਾਹ ਨੇ ਥੋੜ੍ਹਾ ਜਿਹਾ ਮਾਂ ਵੀ ਮੌਕਾ ਦਿੱਤਾ ਹੈ ਕਿ ਮੈਂ ਇਸੇ ਸਵਾਲੇ ਨਾਲ ਐਜ਼ ਏ ਨਾਜ਼ਮ ਵੀ ਸਾਬਕਾ ਨਾਜ਼ਮ ਹਾਂ। ਅੱਛਾ, ਮਾਸ਼ਾਅੱਲਾ ਜੀ। ਔਰ ਮੇਰੀ ਖੁਆਇਸ਼ ਹੈ ਕਿ ਜਿਹੜੇ ਛੋਟੇ ਮੋਟੇ ਕੰਮ ਮੇਰੇ ਕੋਲ ਰਹਿ ਗਏ
ਉਹ ਮੈਂ ਰਾਸ਼ਵ ਖਾਨ ਦੀ ਸ਼ਕਲ ਵਿੱਚ ਉਹ ਮੁਕੰਮਲ ਕਰਾਂ ਔਰ ਆਪਣੇ ਮਿਹਰਬਾਨਾਂ ਔਰ ਰਾਸ਼ਵ ਖਾਨ ਦੇ ਵੋਟਰਾਂ ਸਪੋਰਟਰਾਂ ਹਰ ਲਿਹਾਜ਼ ਨਾਲ ਮੁਤਮਿਨ ਕਰਾਂ। ਅੱਜ ਦਾ ਡੇਢੀ ਦਾ ਮਕਸਦ ਵੀ ਹੈ ਕਿ ਤੁਹਾਡੇ ਹਵਾਲੇ ਨਾਲ ਜਿੰਨੇ ਵੀ ਡਿਪਾਰਟਮੈਂਟ ਹਨ ਜਿਹੜੇ ਸਾਡੇ ਬਜ਼ੁਰਗ ਹਨ ਉਹਨਾਂ ਤੋਂ ਮੈਂ ਗੱਲ ਕਰ ਰਿਹਾ ਸੁਮਾਦਾ ਸਮਝ ਨੀ ਆਈ ਜਵਾਨ ਜਣੇ ਮਾਰਦਾ ਰਿਹਾ ਹਲ ਕਿਤਨੀ ਮਾਰੀ ਹੈ ਘੰਟਾ ਹਲ ਵੀ ਮਾਰੀ ਹੈ ਤੂੰ ਕਸਮੇ ਖੁਦਾ ਦੀ ਹੈ ਜਾਂ ਸੋਹਣਾ ਵਤਨ ਹੈ ਪਰ ਹਜ਼ਾਰੇ ਪੂਰੇ ਵਿੱਚ ਮੈਂ ਰਾਤੀ ਸਾਰੀ ਹਲ ਮਾਰਦਾ ਨਹੀਂ ਉਸਤਾਦਾ ਕੋਲ ਪੁੱਛ ਯਕੀਨ ਕਰ ਸੀ ਸਾਰੀ ਰਾਤੀ ਆਓ ਜੀ ਉਸਤਾਦ ਜੀ ਆਏ ਫਿਰ ਆ ਰਿਹਾ ਤਾੜੀਆਂ ਤੇ ਮਾਰੋ ਨਾ ਜਣੇ ਦੇ ਬੈਠੋ ਸਾਜੀ ਉਧਰ ਬਿਠਾ ਲੋ ਬੜੇ ਕੋਈ ਮੜਾ ਸਾਜਾ ਨਾਲ ਬਿਠਾ ਲੋ ਮੜੀ ਨਜ਼ਰ ਪਈ ਮੜ ਕੋਲ ਬੰਦ ਹੀ ਨਾ ਸਾ ਮੈਂ ਗੱਲ ਸੁਣ ਮੜੀ ਹੱਥ ਪੈਰ ਕੰਬਣਾ ਲੱਗ ਗਈ ਕੰਬਦਾ ਹੁਣ ਵੀ ਪਿਆ ਮੈਂ ਸਵਾਥੀ ਮਾਮਾ ਯਕੀਨ ਕਰ ਸੀ ਜ਼ਿੰਦਗੀ ਵਿੱਚ ਪਹਿਲੀ ਦਫ਼ਾ ਟਰੈਕਟਰ ਚਲਾਈ ਤੁਸੀਂ ਗੱਲ ਕਰੋ ਜੀ ਸੰਜੀਦਾ ਗੱਲ ਕਰਦੇ ਮੈਂ ਗੁਜ਼ਾਰਿਸ਼ ਕਰ ਰਿਹਾ ਆਪਣੇ ਮਿਹਰਬਾਨਾਂ ਅੱਗੇ ਜਦੋਂ ਪਾਕਿਸਤਾਨ ਬਣਨ ਤੋਂ ਬਾਅਦ ਸਵਾਲਾ ਗ੍ਰਾਂ ਅਗਰ ਮਜਬੂਤ ਤੌਰ ਤੇ ਦੇਖਿਆ ਜੁਲੇ ਇਸ ਤੋਂ ਪਹਿਲਾਂ ਵੀ ਮੈਂ 2015 ਵਿੱਚ ਵੀ ਇੱਕ ਖੁੱਲ੍ਹੇ ਜਲਸੇ ਵਿੱਚ ਜਿਸ ਵਿੱਚ MNA ਸਾਹਿਬ ਵੀ ਬੈਠੇ ਹਨ MPA ਸਾਹਿਬ ਵੀ ਬੈਠੇ ਹਨ ਔਰ ਅਸਲ ਤਹਿਸੀਲ ਮੈਂਬਰ ਵੀ ਜ਼ਿਲ੍ਹਾ ਕੌਂਸਲ ਤੋਂ ਆਮ ਇਲੈਕਟਿਡ ਲੋਕ ਦੀ ਮੌਜੂਦਗੀ ਵਿੱਚ ਮੈਂ ਇਹ ਚੀਜ਼ ਕਹੀ ਜਿਸ ਵਿੱਚ ਇਹ ਲੋਕ ਵੀ ਬੈਠੇ ਹਨ ਇਹ ਨਹੀਂ ਕਿ ਮੈਂ ਇਕੱਲਿਓ ਗੱਲ ਕੀਤੀ ਇਹ ਪਬਲਿਕ ਵੀ ਉੱਥੇ ਮੌਜੂਦ ਸੀ ਮੈਂ ਕਿਹਾ ਜੀ ਪਾਕਿਸਤਾਨ ਬਣਨ ਤੋਂ ਬਾਅਦ ਕੜਛਾਂ ਗ੍ਰਾਂ ਚੁਨਮਹਿਰਾ ਗ੍ਰਾਂ ਜਾਂ ਮੇਰਾ ਆਪਣਾ ਗ੍ਰਾਂ ਆ ਆਜੀਆ ਚਮਨੱਕਾ ਜਿਤਨੇ ਗ੍ਰਾਂ ਹਨ ਉਹ ਤਰੱਕਿਆਤੀ ਲਿਹਾਜ਼ ਨਾਲ ਜਿਤਨੇ ਤਰੱਕੀ ਵਿੱਚ ਹਨ ਸਵਾਲਾ ਪਾਕਿਸਤਾਨ ਬਣਨ ਤੋਂ ਬਾਅਦ ਇਤਨਾ ਹੀ ਪਿੱਛੇ ਹੀ ਉਸ 'ਤੇ ਕੋਈ ਚੀਜ਼ ਨਹੀਂ ਹੋਈ ਠੀਕ ਹੈ ਜੀ ਔਰ ਅਲਹਮਦੁਲਿਲਾ ਅੱਲਾ ਨੇ ਮਾ ਤੋਫੀਕ ਦਿੱਤੀ ਕਿ ਮਨਸੂਖ ਖਾਨ ਤੋਂ ਬਾਅਦ ਅਗਰ ਜਿਹੜੇ ਕੰਮ ਹੋਏ ਮੈਂ ਨਾਜ਼ਮ ਨੇ ਤੌਰ 'ਤੇ ਮੇਰੀ ਕੋਸ਼ਿਸ਼ ਸੀ ਕਿ ਮੈਂ ਯਾਰ ਗਲੀਆਂ ਮਲੀਆਂ ਤੱਕ ਮੈਂ ਆਪਣੀ ਡਿਊਟੀ ਆਪਣੀ ਨੌਕਰੀ ਸਮਝ ਕੇ ਫਰਾਈਜ਼ ਅੰਜਾਮ ਕੀਤੇ ਫਾਇਕ ਅਸੀਂ ਅੱਛੇ ਲੱਗੇ ਨਹੀਂ ਜਾਂਦੀ ਲੇਕਿਨ ਮੇਰੀ ਕੋਸ਼ਿਸ਼ ਮੈਂ ਇਮਾਨਦਾਰੀ ਨਾਲ ਉਹ ਕੰਮ ਕੀਤੇ ਬਾਕੀ ਰਹਿ ਗਿਆ ਹੁਣ ਜਿਹੜਾ ਸਿਲਸਿਲਾ ਹੈ ਉਹ NDA ਦੇ ਜਿਹੜੇ ਚੇਅਰਮੈਨ ਹਨ ਔਰ ਜਨਰਲ ਕੌਂਸਲਰ ਹਨ NDA ਪਹਿਲੇ ਵੀ ਆਇਆ NDA ਨਾਲ ਬਣਦਾ ਕਿ ਸਰ ਬੇਸਿਕਲੀ ਨੀਲਾਂ ਡਿਵੈਲਪਮੈਂਟ ਫੈਡਰੇਸ਼ਨ ਇਹ ਵਾਦੀ ਨੀਲਾਂ ਵਾਦੀ ਨੀਲਾਂ ਜੀ ਜੀ ਜਿਸ ਦੀ ਲਾਈਫ ਹੈ ਤਕਰੀਬਨ 35-40 ਸਾਲ ਤੋਂ ਕੰਮ ਕਰ ਰਹੀ ਹੈਲਥ ਦੇ ਕੰਮ ਅਸਾਂ ਕੀਤੇ ਹੈ ਐਜੂਕੇਸ਼ਨ ਦੇ ਕੰਮ ਕੀਤੇ ਹੈ ਵੋਮੈਨ ਦੇ ਅਸਾਂ ਕੰਮ ਕੀਤੇ ਹਨ ਡਿਵੈਲਪਮੈਂਟ ਸਾਈਡ ਦੇ ਕੰਮ ਕੀਤੇ ਹਨ ਮਾਲਕ ਨੇ ਖੁਦਾਈ ਤੌਰ 'ਤੇ ਸਾਡੀ ਮਦਦ ਕਰ ਰਿਹਾ ਔਰ ਅਸਾਂ ਆਪਣੇ ਬਗੈਰ ਕਿਸੇ ਚੀਜ਼ ਤੋਂ ਆਪਣੇ ਮਾਮਲਾਤ ਕਰ ਰਹੇ ਹਾਂ ਔਰ ਲੋਕਾਂ ਦੇ ਸਾਹਮਣੇ ਇਹ ਨਹੀਂ ਅਲੱਦਾ ਕਰਕੇ ਰਮਜ਼ਾਨ ਪੈਕੇਜ 'ਚ ਲੈ ਕੇ ਹਰ ਚੀਜ਼ ਅਸਾਂ ਕੰਮ ਕਰ ਰਹੇ ਹਾਂ ਮੈਂ ਅਗਰ ਕਮਲ ਤਫਸੀਲ ਕਰਾਂ ਤਾਂ ਥੋੜ੍ਹਾ ਟਾਈਮ ਜ਼ਾਇਆ ਹੋ ਸੀ ਅਤੇ ਮੈਂ ਮੁਖਤਸਰ ਜੀ ਯਾਰ ਕਰਾਂ ਕਿ ਰਾਸ਼ਵ ਖਾਨ ਦੀ ਸ਼ਕਲ ਵਿੱਚ ਅਸਾਂ ਮਜ਼ੀਦ ਕੰਮ ਕਰਾਂ ਰਾਸ਼ਵ ਖਾਨ ਜਦੋਂ ਤੋਂ ਇਲੈਕਟ ਹਨ ਅਸਾਂ ਨੇ ਇਹਨਾਂ ਇਸੇ ਗ੍ਰਾਂ ਵਿੱਚ ਐਜੂਕੇਸ਼ਨ 'ਤੇ ਅਸਾਂ ਨੇ ਯੂਨੀਫਾਰਮ 'ਤੇ ਕੰਮ ਕੀਤਾ ਯੂਨੀਫਾਰਮ ਬੱਚਿਆਂ ਦਿੱਤੇ ਹਨ ਸਰਦੀਆਂ ਵਿੱਚ ਗਰਮੀਆਂ ਵਿੱਚ ਬੁੱਕਸ ਪ੍ਰੋਵਾਈਡ ਕੀਤੇ ਹਨ ਮੈਡੀਕਲ ਕੈਂਪ ਕੀਤੇ ਹਨ ਲਾਈਫ ਸਟਾਕ 'ਤੇ ਕੰਮ ਕੀਤੇ ਆ
ਔਰ ਡਿਵੈਲਪਮੈਂਟ ਸਾਈਡ 'ਤੇ ਰਾਸ਼ਵ ਖਾਨ ਨੇ ਆਪਣਾ 20 ਲੱਖ ਦਾ ਟਾਰਗੇਟ ਰੱਖਿਆ ਕਿ ਮੈਂ ਆਪਣੇ ਡਿਵੈਲਪਮੈਂਟ ਸਾਈਡ 'ਤੇ ਇਲੈਕਸ਼ਨ ਹੋਣ ਤੋਂ ਪਹਿਲਾਂ ਆਪਣੇ ਪ੍ਰੋਜੈਕਟ ਕੰਪਲੀਟ ਕਰ ਸਕਾਂ, ਜਿਹਨਾਂ ਲੋਕਾਂ ਨੇ ਜਿਸ ਕਮਿਸ਼ਨ ਨਾਲ ਇਲੈਕਟ ਕੀਤਾ ਉਹ ਆਪਣੀ ਡਿਊਟੀ ਫਰਾਈਜ਼ ਦੇ ਸਨ, ਖਵਾਏ ਉਹ MNA ਸਾਹਿਬ ਕੋਲੋਂ, ਉਹ ਫੰਡ ਕਰਨ ਜਾਂ MPA ਕੋਲੋਂ ਕਰਨ ਜਾਂ ਕਿਸੇ ਸੂਬਾਈ ਜਾਂ ਵਫਾਕ ਕੋਲੋਂ ਗੌਰਮੈਂਟ ਕੋਲੋਂ ਆਪਣੀ ਮਦਦ ਨਾਲ ਇਹ ਕੰਮ ਕਰ ਸਕਣ। ਜਿਹੜੇ ਮੁੰਤਖਬ ਨੁਮਾਇੰਦੇ ਸਨ ਦੇ ਬਲਦੀਆਤ ਤੇ ਮੇਰਾ ਖਿਆਲ ਇਹਨਾਂ ਤੋਂ ਫੰਡ ਵੀ ਜ਼ਰੂਰੀ ਮਿਲੇ ਜਾਂ ਦੇ ਇਲੈਕਟ ਹੋਏ। ਇੱਕ ਮੈਂ ਖੁਦ ਵੀ ਇਲੈਕਟਡ ਪਰਸਨ ਹੈ, ਇੱਕ ਰੁਪਏ ਦਾ ਕੋਈ ਫੰਡ ਨਹੀਂ ਆਇਆ ਸਾਡੇ ਕੋਲ। ਦੇਖੋ ਨਾ ਮਸਕਟਾ ਤੋਂ ਤੁਸੀਂ ਅੰਦਾਜ਼ਾ ਨਾ ਲਾਉਂਦੇ ਹੋ, ਜਦੋਂ ਇਹਨਾਂ ਕੋਲ ਮੈਂਬਰਾਂ ਕੋਲ ਮਤਲਬ ਪੈਸੇ ਆ ਜਾਣ ਮਸਕਟ ਨਵੀਂ ਟੈਟ ਹੋਏ ਤੇ ਬੋਦੀ ਮੋੜੀ ਦੀ ਤੇ ਜਦੋਂ ਉਹਨਾਂ ਦਾ ਮਸਕਟ ਤੇ ਟੈਲੀ ਜੋ ਜੁਲਦੀ ਆ ਸਮਝ ਜੋ ਕਰ। ਖੈਰ ਅਲਹਮਦੁਲਿਲਾਹ ਅੱਲਾਹ ਨਾਲ ਬੜਾ ਅਹਿਸਾਨ ਹੈ, ਮਾਲਕ ਦੀ ਯਤਾ ਹੈ, ਹੁਣ ਤੱਕ ਇਹ ਸੂਰਤ ਹਾਲ ਪੈਦਾ ਨਹੀਂ ਹੋਈ। ਮੈਂ ਸੁਣਾ ਥੋੜ੍ਹੀ ਆਪ ਹੀ ਗੱਲ, 2015 ਵਿੱਚ ਜਦੋਂ ਇਲੈਕਸ਼ਨ ਲੜੇ ਹਾਂ ਉਦੋਂ ਮੈਂ ਜਾਬ ਕਰ ਰਹੇ, ਮੇਰਾ ਆਪਣਾ ਬਿਜ਼ਨਸ ਆ ਪਿੰਡੀ ਇਸਲਾਮਾਬਾਦ ਵੀ ਹੋਟਲਿੰਗ ਨਾਲ, ਅਤੇ ਮੇਰੇ ਦੋਸਤ ਨੇ ਮੈਂ ਜਦੋਂ ਇਲੈਕਸ਼ਨ ਵਿਨ ਕੀਤਾ ਮੈਂ ਐਜ ਏ ਨਾਜ਼ਮ ਬਣਿਆ, ਉਸਨੇ ਮੇਰੇ 'ਤੇ ਸਵਾਲ ਕੀਤਾ ਕਿ ਹੁਣ ਤੂੰ ਕਰ ਸਕੇ। ਮੈਂ ਕਿਹਾ ਯਾਰ ਮੈਂ ਦੋਵਾਂ ਕਿਸ਼ਤੀਆਂ ਸਵਾਰ ਨਾ ਹੋਣਾ, ਮੈਂ ਕਿਸ਼ਤੀ 'ਤੇ ਸਵਾਰ ਹੋਸਾਂ। ਲੋਕਾਂ ਨੇ ਆਪਣਾ ਮੁਲਾਜ਼ਮ ਰੱਖਿਆ, ਜਦੋਂ ਤੱਕ ਲੋਕਾਂ ਨੇ ਮੈਂ ਮੁਲਾਜ਼ਮਤ ਤੋਂ ਫਾਰਗ ਨਾ ਕੀਤਾ ਉਦੋਂ ਤੱਕ ਮੈਂ ਉਹਨਾਂ ਦਾ ਮੁਲਾਜ਼ਮ। ਔਰ ਦੂਸਰੀ ਚੀਜ਼, ਮੈਂ ਅੱਲਾਹ ਕੋਲੋਂ ਇੱਕ ਹੀ ਚੀਜ਼ ਮੰਗੀ, ਖਵਾਏ ਇਤਕਾਫ ਬੈਠ ਕੇ ਜਾਂ ਮਿਲਾਦ ਪ੍ਰੋਗਰਾਮ ਹੋਏ ਜਾਂ ਜੋ ਵੀ ਪ੍ਰੋਗਰਾਮ ਹਨ, ਇਹ ਅੱਲਾਹ ਤੋਂ ਆਪਣੀ ਖੁਦਾਈ ਨਹੀਂ ਲਿਆਜ਼ ਨਾਲ, ਤੂੰ ਆਪਣੇ ਲੋਕਾਂ ਦਾ ਸਮਾਚਾ ਬੜਾ, ਆਪਣੇ ਮੇਰੇ ਖਾਨਦਾਨ ਸੇ ਜੋ ਮੈਂ ਡਿਊਟੀ 2015 ਤੱਕ ਮੈਂ ਕਰ ਬੈਠਾ, ਹੁਣ ਤੇਰੇ ਲੋਕਾਂ ਸੇ ਮੈਂ ਡਿਊਟੀ ਕਰਨੀ। ਔਰ ਅਲਹਮਦੁਲਿਲਾਹ ਅੱਲਾਹ ਹਰ ਮੋੜ 'ਤੇ ਮੇਰੀ ਮਦਦ ਕਰ ਰਿਹਾ, ਸਮਾਲੇ ਵਿੱਚ ਵੀ ਮੇਰੀਆਂ ਨਿਸ਼ਾਨੀਆਂ ਮੌਜੂਦ ਹਨ ਔਰ ਇਹਦਾ ਵੀ ਇਨਸ਼ਾਅੱਲਾ ਹੋਰ ਮੌਜੂਦ ਦੇ ਸਨ। ਹੁਣ ਜਿਹਦੇ ਜਿਹੜੇ ਲੋਕ ਮੇਰੇ ਨਾਲ ਅੱਗੇ ਚੱਲੇ ਨੇ, ਜਿਸ ਤਰ੍ਹਾਂ ਰਾਸ਼ਵ ਖਾਨ ਹਨ, ਮੁਸਤਫਾ ਸਾਹਿਬ ਹਨ, ਅਸਾਂ ਨੇ ਇਸ ਵਕਤ 6 ਜਨਰਲ ਕੌਂਸਲਰ NDA ਨੇ, ਇਨਸ਼ਾਅੱਲਾ ਅਸਾਂ ਨੇ ਉਹ ਕੰਮ ਕਰਨੇ ਨੇ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਸਰਦਾਰ ਸਾਹਿਬ, ਸਰਦਾਰ ਸਾਹਿਬ ਵਾਸਤੇ ਤਾੜੀਆਂ ਮਾਰੋ, ਖਫਾ ਨਾ ਹੋ ਜਾਣ ਫਿਰ ਮਤਲਬ। ਹਜ਼ਾਰੇ ਦੇ ਜਿਸ ਗ੍ਰਾਮ ਵਿੱਚ ਜੁੜਦੇ ਹਾਂ ਅਤੇ ਦਿਲ ਆਸਤੇ ਆਦਮੀ ਇਸੀ ਗ੍ਰਾਂ ਆਦਮੀ ਦੇਖਦਾ ਰਹੇ, ਇਸੀ ਦੀ ਸੁਣਾਈ ਦੇਖਦਾ ਰਹੇ, ਅਤੇ ਮਜ਼ਾ ਆਉਂਦਾ ਗ੍ਰਾਮਾਂ ਵਿੱਚ ਜੁੜ ਕੇ। ਔਰ ਅੱਜ ਜਿਸ ਗ੍ਰਾਮ ਵਿੱਚ ਅਸੀਂ ਆਏ ਦੇ ਹਾਂ ਅਤੇ ਸੰਭਾਲਾ ਔਰ ਇਹਨਾਂ ਦੀ ਵਜ੍ਹਾ ਤੋਂ ਆਏ ਦੇ ਹਾਂ, ਬਹੁਤ ਸ਼ੁਕਰੀਆ ਜਦੂਨ ਸਾਹਿਬ। ਤੁਸਾਂ ਖਾਸ ਤੌਰ 'ਤੇ ਪਟਕਾ ਵੀ ਮਾਸ਼ਾਅੱਲਾ ਜੀ ਸਾਡੇ ਜਿਹੜੇ ਇਲਾਕੇ ਦਾ ਕਲਚਰ ਹੈ, ਸਾਡੇ ਵਡੇਰੇ ਪਟਕਾ ਪਾਉਂਦੇ ਹੁੰਦੇ, ਪਟਕਾ ਵੀ ਵਧੇਦਾ, ਔਰ ਸਾਡੇ ਇਲਾਕੇ ਦੇ ਜ਼ਿਮੀਦਾਰ ਜਿਹੜੇ ਰੰਗ ਰੂਪ ਵੀ ਉਹਨਾਂ ਵਾਲਾ ਨਜ਼ਰ ਆਉਂਦੇ, ਜਿਹੜੇ ਅਲਬਾਂ ਦੇ ਹੁੰਦੇ, ਜਿਹੜੇ ਜਨਾਬ ਬਹੁਤੇ ਕਾਕਬ ਅਤੇ ਅਲਬਾਂ ਦੇ, ਅਤੇ ਬੜਾ ਅੱਛਾ ਲੱਗਿਆ ਤੁਸਾਂ ਦੇਖ ਕੇ ਵੀ। ਅਤੇ ਅੱਜ ਦੀ ਡੇਢੀ ਦੇ ਵਾਲੇ ਨਾਲ ਤੁਸੀਂ ਮੁੰਤਖਬ ਨੁਮਾਇੰਦੇ ਵੀ ਆਓ, NDA ਦੇ ਮੈਂ ਸਦਰ ਹੋ, NDA ਦੇ ਤੁਸੀਂ ਸਦਰ ਵੀ ਆਓ, ਕੀ ਆਖਸੋ? ਪਹਿਲੀ ਗੱਲ ਤਾਂ ਹੈ ਕਿ ਮੈਂ ਤਮਾਮ ਨਾਜ਼ਰੀਨ ਆਉਣ ਵਾਲਿਆਂ ਮਹਿਮਾਨਾਂ ਦਾ ਸ਼ੁਕਰੀਆ ਅਦਾ ਕਰਨਾ, ਤੁਸਾਂ ਦੀ ਗੱਲਾਂ ਨੂੰ ਜਵਾਬ ਬਾਅਦ ਦੇ ਦਿੱਤਾ, ਤੁਸਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਜਿਹੜੀ ਇਤਨੀ ਤਕਲੀਫ, ਕੱਲ੍ਹ ਵੀ ਆਏ ਹੋ, ਬਾਰਿਸ਼ ਨੇ ਮੌਸਮ ਵਜ੍ਹਾ ਤੋਂ ਵਾਪਸ ਚਲੇ ਗਏ ਹੋ, ਅੱਜ ਫਿਰ ਤੁਸਾਂ ਤਕਲੀਫ ਦਿੱਤੀ, ਅਸੀਂ ਬੜੀ ਸ਼ੌਂਕਾਂ ਨਾਲ ਆਏ ਹੋ, ਅਸਾਂ ਨੇ ਗੱਲ ਸੁਣੀ ਹੈ, ਅਸਾਂ ਨੇ ਇਹ ਮਸਲਿਆਂ ਮਸਾਇਲਾਂ 'ਤੇ ਜਿਹੜਾ ਨਜ਼ਰ ਪਾ ਕੇ ਆਲਾ ਕੌਮ ਤੱਕ ਪਹੁੰਚਾਸੋ, ਤੁਸਾਂ ਦਾ ਬੇਹੱਦ ਸ਼ੁਕਰੀਆ ਹੈ। ਅਤੇ ਇਹਨਾਂ ਜਿਹੜੇ ਲੋਕਾਂ ਤਕਲੀਫ ਦਿੱਤੀ ਹੈ, ਤੁਸਾਂ ਦੇਖਣੇ ਸ਼ੌਂਕਾਂ ਨਾਲ ਆਏ ਨੇ, ਮੈਂ ਕਿਸੇ ਨਹੀਂ ਆਖਿਆ ਨੇ ਕਾਸ਼ਫ ਸਾਹਿਬ ਹੋਰੀ ਆਏ ਨੇ, ਇਹ ਆਪਣੀ ਸ਼ੌਂਕਾਂ ਇਹਨਾਂ ਅਰਸੇ ਤੋਂ ਤੁਸਾਂ ਦੀ ਸ਼ੌਂਕ ਹੈ, ਲੇਕਿਨ ਬਦਨਸੀਬੀ ਨਾਲ ਸੁੰਗਾਲੇ ਗ੍ਰਾਏ ਆ, ਅੱਜ ਤੱਕ ਤੁਸਾਂ ਕਿਸੇ ਨਹੀਂ ਆਣ ਰੱਖਿਆ, ਦਾਵਤ ਨਹੀਂ ਦੇ ਨਹੀਂ ਬੁਲਾਇਆ। ਅਤੇ ਇਹ ਮੈਂ ਸ਼ਖਸਾਂ ਜਿਹੜਾ ਮਾਂ ਸ਼ੌਕ ਪਈ ਹੈ, ਕਾਸ਼ਫ ਸਾਹਿਬ ਰਾਮ ਮਾਮਾ ਸਵਾਤੀ ਭੋਲਾ ਭਾਈ, ਅਸਾਂ ਨੇ ਸਾਰੇ ਸੀ ਮਜਮਾ ਹੋਵੇ, ਉਹ ਸਜਬਾਵਾਂ ਸ਼ੁਗਲ ਮੇਲਾ ਵੀ ਹੋਵੇ, ਅਤੇ ਦੂਆ ਇਹ ਹੈ ਕਿ ਅਸਾਂ ਨੇ ਮਸਲੇ ਮਸਾਇਲ ਵਾਲਾ ਕੰਮ ਤੱਕ ਪਹੁੰਚਾ। ਰਹਿ ਗਿਆ ਮਸਲਾ ਅਸਾਂ ਕੋਲੋਂ ਲੋਕ ਵੋਟਾਂ ਕੇਂਜੁਲ ਨੇ, MPA MNA ਜਿੰਨੇ ਵੀ ਆਏ ਨੇ, ਇਹ ਸਬਜ਼ ਬਾਗ ਦੱਸ ਕੇ, ਲੇਕਿਨ ਅਸਾਂ ਉਸ ਤੋਂ ਬਾਅਦ ਮਾਯੂਸ ਕਰ ਛੱਡਨੇ ਨੇ, ਅਸਾਂ ਕੋਈ ਕਿਸੇ ਕਿਸਮ ਨਾ ਫੰਡ ਨਾ ਇਸ ਵੇਲੇ ਤੱਕ ਨਹੀਂ ਤਾਂ, ਅਸਾਂ ਨੇ ਦੋ ਕੰਮ ਹੋਏ ਨੇ ਮਨਸੂਬ ਖਾਨ, ਅੱਜ ਹੀ ਮਨਸੂਬ ਖਾਨ ਦੌਰ ਵਿੱਚ ਪਾਣੀ ਲਾਇਆ, ਇੱਕ ਇਹ ਪਾਣੀ 2L ਉਸ 'ਤੇ 1 ਕਰੋੜ ਰੁਪਏ ਨਾਲ, ਇਹ ਮੇਰਾ ਹਾਲੇ ਸਨ 80 ਅਤੇ ਉਹ ਦੂਆ ਇਹ ਹੈ ਕਿ ਅਸਾਂ ਨੇ ਬਿਜਲੀ ਜਿਹੜੀ ਇਹ ਅੱਜ ਮੁਨਸਿਪਲ ਖਾਨ ਦੀ, ਜੇ ਦੋਏ ਉਹਨਾਂ ਨੇ ਕੰਮ ਨੇ, ਔਰ ਉਸ ਤੋਂ ਜਿਹੜੇ ਇਹ ਛੋਟਾ ਮੋਟਾ ਕੋਈ ਲਿੰਕ ਰੋਡ ਇੱਕ ਅੱਧਾ ਹੈ ਗ੍ਰਾਂਚ ਜੀ ਵੀ ਉਹਨਾਂ ਹੀ ਦਿੱਤਾ, ਬਾਕੀ ਕਿਸੇ ਕੋਈ ਨਹੀਂ ਕੀਤਾ, ਬੜੇ ਆਵਾਮੀ ਆਦਮੀ ਹੈ ਜੀ, ਅੱਲਾ ਜਾਨ ਅੱਛਾ ਕਰੇ ਜੀ ਜੀ, ਉਹ ਉਹਨਾਂ ਨਾਲ ਮਰਨਾ ਮੇਰਾ ਤੁਸਾਂ ਨਾ ਜਾਂ ਗ੍ਰਾਮਾਂ ਨਾਲ ਨੁਕਸਾਨ ਨਹੀਂ ਹੋਇਆ, ਇਹ ਜ਼ਿਲ੍ਹਾ ਅਬਟਾਬਾਦ ਦਾ ਨੁਕਸਾਨ ਹੋਇਆ, ਅੱਲਾ ਉਹਨਾਂ ਇਮਾਨ ਦੇਵੇ।
رہ گیا مسئلہ اے وابطہ نے تساں میں ہن اٹھ کے دسنا اساں اپنے کھمبیاں نال ٹیکاں دتیاں نے تاراں تلے لکڑیاں دیاں ٹیکاں دتیاں نے ہر ویلے اساں خطرہ رہنا ہے کہ اساں نہ کوئی بچہ یا کوئی ڈنگر جانور مال اس نال لگ کے ضائع نہ ہوئے لیکن وابطہ والے بھی اساں کئی واری دفتراں چکر لائے نے کوئی اساں نہیں گل سننے واسطے تیار نہیں کم تے وابطہ والے کمال دا کر دین بل تے ہر وی نہیں آندے جی بل تے بھیج دے نے او تے بجلی آوے جاں بل لازمی بھیج دے نے تے نہ جمع کراؤ تے کٹڑیاں وی آ جل دے بڑا خوبصورت علاقے نی آواز بلند کرنے بلایا مہربانی پورے پاکستان سنوالا گاؤں مشہور کرنا اسانی اے محرومیاں جڑیاں نے اے اعلیٰ کام تک پہنچانیاں اے تساں نہ تو باقی گل تے تساں آپ ہی کر چھوڑی ایک سنگالے نہیں جڑی تاریخ ہے لیکن اے ہے کہ سنبھالا گراں جڑا ہے اس نے لوگ بڑے باشعور نے اچھا جدوں جہاز ٹٹھا ہے اس ٹاکے دے پچھلے پاسے جی اے ٹاکے نے پچھلے پاسے تے تسی گئے ہو جی اسی گئے ہیں اوتھے مطلب پہنچ گئے ہو بالکل پہنچ گئے اگ لگنے تو پہلے یا بعد نہیں اگ لگنے تو بعد پہلے تے جہاز کولو پہلے کسے پہنچ گئے اساں نہ جہاز کو تھوڑی دیر بعد لگی ہے نا جی جی اگ لگی اس تو بعد اد کو ادا جل گیا تا اسی لوگ پہنچے ہیں اتھوں پہنچنا اتھوں پہنچنا ٹور کے پہنچنا ایتھے ٹریفک نہ نظام تے نہیں پھر اس وچوں جڑے مطلب ڈیڈ باڈیز ہیں او سڑیاں بلی ہیں نکلیاں نے اوتھے روڈ نہیں ہے کہ جڑے لوگ موٹر سائیکل یا گڈیاں تے دوڑ کے ایک دم پہنچے کاک بجانے واسطے پانی نہیں پانی بھی نہیں ہے ایک ٹاکا ہے ٹاکے نال کے ہے تے باقی جڑے لوگ سڑے نے انہاں نے ایمان واسطے بھی دعا کرنے والا انہاں نے بس شہادت ہی شہادت کی موت ہی انہاں دی تے بڑا اچھا گراں ہے جی تساں دا اچھا میں گل دسو میں ذکر کنک تے مکئی دا کیتا بڑیاں پچھے ٹاک ہے اگے ڈوگن تے زبردست قسم دی زراعت ہوندی ہے مکئی جی جی مکئی رانے آ کنک رانے آ اساں باجرا را چھوڑنے آ کدے کدے مٹر وی را چھوڑنے آ مٹر وی اساں لو جلدے جی جی ہو جلدے ہو جلدے ہو او شر وغیرہ برانی زمینہ نے پانی دے لگدا نہیں اشور انشاءاللہ جڑا اساں دا فصل ہوے ہر آدمی تھوڑا ہوے جتنا ہوے اس نے صاحب تے کٹ کے غریب مسکین کٹ دا چاہ دیتا ہے سوری جی دیتا ہے انشاءاللہ میرے نال ایک دو بندے ہیں کدے کدے اوکے اب بالکل اوک سی آو میرے نال بھیجو میں اپنے گھروں دینا اشور تو علاوہ دینا اشور تو اسی دے رہے ہیں اور ٹھیک ہے سوال بھولا کاکا اے میں کس گل پہ کرنا تو آؤں دو ترو والے دانے میں دے جی اسی اللہ دے حکم نال ماں انہاں لوکاں اپنے علاقے تو چیئرمین منتخب کیتا ہے او نہیں ہو کیا جنرل کونسل بن گیا تے چیئرمین میں این ڈی اے نے والے نال اپنے گراں بس اپنے علاقے سے کام کرو جی انشاءاللہ اگے بھی کیتا ہے تے ہور بھی ماں بڑی شوق ہے اپنے علاقے نے کم واسطے میں الیکشن نہ لڑنا آیا کاشف بھائی میں تو ایمان نہیں گل دساں کہ میرے جڑے گراں نے لوگ نے میں پنڈی میری رہائش ہے اچھا گھر بھی میرا ایتھے ہے جی جی میرا بھائی ایتھے رہنا ہے میری رہائش ایتھے ہے لیکن میں آپ موجودہ پنڈی رہنا ماں ایش ہوں کہ میرے علاقے نہ بندہ ایتھے ہوئے یا پنڈی ہوئے ماں ایک باری کمیں نہ آئے یار اے کام میرا کر ماں ایش ہوں کے جی جی علاقے نے کام کراں اور آئندہ بھی کرساں کرنا بھی رہساں اور بدقسمتی جی میں ناظرین نے دساں ظاہر ہے اساں اعلی مقام بھی سن دین اسی دو دن تو اتھے پہ آنے ہیں جی جی جناب بجلی اعلی اتھے کچھ بھی نہیں کام آتے ہیں زیادہ گھنٹا آندی ہے تے چار گھنٹے بند ہو جائے بھائی موبائل بھی نہیں چلتا تے بجلی بھی نہیں بجلی بھی تے گرون شرون بھی اور یہ مطلب اتنا دور دراز گرام ہی نہیں تے تھوڑا جا مہربانی کرو جڑے مطلب خاص طور تے جڑے لوگ اتھے بیٹھے دیو ساڈے کے پی دی گل کراں ساڈے صوبے دی گل کراں گلاں ہی نہیں کرنیاں ہوندیاں ڈیلیور بھی کرنا ہوندا ہے تے ماں ایتھے جس طرح دسیا نہ کوئی گلی اساں نسی کاری دی نظر آئی ہے نہ کوئی رستہ کاری دا نظر آیا اپنی مدد آ دیتا ہے لوک کر دین تے قریب ترین گران نالو شڑک بھی گزردی ہے مین روڈ جلدی ہے اور اے ہی میں ایک اور گزارش کرنا کدے اسی روڈ وچو ایک بائی پاس گلیات دیتا جلے تے جڑے لوگ اس علاقے وچو آون او آ کے گلیات تک آرام نال جڑن اے علاقہ بھی جڑا تھوڑا ترقی کر کے نے جی جناب جی اساں اے روڈ جڑا ہے بوتلا روڈ اے سن 80-82 جی ٹی روڈ ہے اتھے جی ٹی جب بات چل جی جی تے مشہور ترین علاقہ ہے اور مشہور ترین روڈ ہے اساں جی ٹی روڈ اساں ہے جلد میں باقی ہے کہ اے وادیا لیلا پوری نہیں گل کر ساں میں این ڈی اے نے حوالے نال میں این ڈی اے نا اپنے گراں نا چیئرمین ہاں جی این ڈی اے نی تلظیم اپنا گراں نا چیئرمین منتخب کیتا ہے این ڈی اے نے والے نال اساں کولوں جو کچھ ہویا ہے اساں اس تلظیم کی مدد نال اساں اپنے گراں کیتا ہے آئندہ بھی انشاءاللہ کرنے رہ ساں میں اس سنگالے گراں واسطے خاص کر کے انہاں لوکاں واسطے
کہ اس سنگالے گرائیں ہیں ایک میں تاریخ ویج پانچ دیوال پچھے ہے کسی ہیں نہیں پتا اگر پنڈی چلے جلو یا اسلامباد چلے جلو پچھو کسی ہیں دیوال کڑی جائی تاکسوں آسان نہیں پتا دیوال اگر مشہور ہوئی ہے تو بابے حضر زمان تو ہوئی ہے کریچی 90 تک گیا تھے اتھے بھی اس نے ابائی گاؤں دیوال اتھے بھی لکھے ہے تے اس واسطے تساں تکلیف دے کے میں اپنے سنگالا گراں واسطے یہ تساں بلایا تاں میرا سنگالا گراں جڑا ہے یہ پورے پاکستان وچ مشہور ہوئے ہر آدمی پتا ہو پوری دنیا میں جلے سنگالا گراں بالکل مشہور ہو گیا اساں پاسماندہ نہ چھوڑیا جلے اس سنگالے گراں ایک پہچان ہوئے میں اللہ نے حکم نال آئندہ بھی یہ سنگالے گرائیں اس سے جدوجہد کرنا ہے رساں جد تک میری زندگی ہے تے باقی انشاءاللہ اے آنے اللہ الیکشن تو پہلے پہلے میں 25 لاکھ روپے نہ جتھوں بھی جس کولوں بھی مانگ کے آنا لیکن اپنے گرائیں نے کام ضرور چھوٹے موٹے کرنا زبردست زبردست اچھا گل سنو آج تسی بولے والے نہیں ہو کوئی گل چل نہیں کیتی میں بسم اللہ الرحمن الرحیم ملک صاحب میری ایک عادت ہے میں بے مقصد بے موقع اور بغیر دعوت دیتے میں نہ بولتا ہوں دا پہلی گالے میں اچھا ساڑا فن عوام دی خدمت ہے اور او اسی ٹائم بھی زیادہ نہ گندے اسی اپنا گپ شپ شروع کرنے ہاں جناب علی پہلے سرے شکریہ ادا کرنے ہاں ارشد رحمان خان دا تے نالو نال شکریہ ادا کرنے ہاں جناب لہر آصف خان دا تساں سدے اساں سنبھالے تے اسی آ گئے سارے نالے سب سدے اساں سنبھالے تے اسی آ گئے سارے نالے خوش ہویا آ کے پراواں وچ جڑے وسدے نے میرے ساواں وچ واہ 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 تے ایتھے کچھ علاقہ پہاڑی ہے کہڑے تمن تے کسی جائی چاڑی ہے تے کیڑا کام ایتھے ہوندا سوکھا ہے ایتھے آنا جانا بھی اوکھا ہے ایتھے زندگی دی کوئی سہولت نہیں ایتھے لگدا کوئی حکومت نہیں اے خون پسینہ روڑ دینے اے خون پسینہ روڑ دینے اے پیدل چلدے دوڑ دینے اے اپنے دم تے جیندے نے اے لگ دے اتھرو پیندے نے واہ جی واہ سواتی مامے اسے تاریاں جناب علی ایتھے اسی چاواں نال ایتھے آئے ہاں لہر آصف خان بلائے ہاں جیڑی سچی اج ارماناں دی کرساں مٹی پلیت بےماناں دی جنہاں دے ہتھے وچ سب کچھ تے انہاں نہیں دیندے تے اسی لوکاں دے بن کے وکیل آئے ہاں اسی کہن کے اپنی دلیل آئے ہاں راہ رستہ سے تعلیم ہوئے بندہ باہروں آ کے مقیم ہوئے راہ رستہ سے تعلیم ہوئے بندہ باہروں آ کے مقیم ہوئے بہت سونے ٹھنڈے علاقے نے کا لکڑ دے سونے ٹاکے نے انہ لوکاں دا ایتھے گزارا ہے اور کہ جا سونا ساڈا ہزارا ہے تے اساں اپنی آواز بلند کرساں تساں واسطے جائی جائی ڈانڈ کرساں تے اگے کام دعا شروع ہو گیا جناب علی سج گئی شوکاں گراں سنبھال ڈیڈی سج گئی شوکاں بہو سارے عرصے تو فرمائش لوکاں بہو سارے عرصے تو فرمائش لوکاں آج لانا لے آج لانا لے دوئے سنوالے گیڑی سج گئی شوکاں بہو سارے عرصے تو فرمائش لوکاں گڈی موڑ چمڑ دی چنری وے ریشم دی باری وچوں چل دی
ਓਏ ਆ ਜੁਲਾ ਨਾਲ ਗਰਾਂ ਸੰਭਾਲੇ ਡੇਡੀ ਸਜ ਗਈ ਸ਼ੋਕਾਂ ਦੀ ਓਏ ਬਹੁ ਸਾਰੇ ਅਰਸੇ ਤੋਂ ਫਰਮੈਸ਼ ਲੋਕਾਂ ਦੀ ਖੁਰਾਕੀਆਂ ਵੇ ਆਈ ਲਾਰੀ ਮਾਇਆ ਕਦ ਮੁੜ ਆਵੇ ਮੈਂ ਸੱਜ ਕੇ ਸੋਵਾਰੀ ਜੁਲਾ ਨਾਲ ਗਰਾਂ ਸੰਭਾਲੇ ਡੇਡੀ ਸੱਜ ਗਈ ਸ਼ੋਕਾਂ ਦੀ ਬਹੁ ਸਾਰੇ ਅਰਸੇ ਤੋਂ ਫਰਮੈਸ਼ ਲੋਕਾਂ ਦੀ ਓਏ ਸੰਭਾਲਿਆ ਰਾਵੈਂਦਾ ਬੰਦੇ ਦਾ ਵੇ ਪਤਾ ਲੱਗਦਾ ਜਦੋਂ ਬੰਦੇ ਨਾਲ ਵਾ ਪੈਂਦਾ ਓਏ ਆਜ ਲਨਾਲ ਗਰਾਂ ਸੰਭਾਲ ਡੇਡੀ ਸੱਜ ਗਈ ਸ਼ੋਕਾਂ ਦੀ ਬਹੁ ਸਾਰੇ ਅਰਸੇ ਤੋਂ ਫਰਮੈਸ਼ ਲੋਕਾਂ ਦੀ ਜੀਆ ਜੀਆ ਮਾਮਾ ਗੌਰ ਕਰ ਸੋ ਕਿਉਂ ਉੱਡੀਆਂ ਹਵਾਈਆਂ ਨੀ ਪਾਰੇ ਠੰਮ ਸੋਹਣਿਆ ਉਹ ਸ਼ੋਕਾਂ ਨਾਲ ਲਾਇਆ ਨੀ ਕਿਉਂ ਉੱਡੀਆਂ ਹਵਾਈਆਂ ਨੀ ਪਾਰੇ ਠੰਮ ਸੋਹਣਿਆ ਉਹ ਤੁਧ ਸ਼ੋਕਾਂ ਨਾਲ ਲਾਇਆ ਨੀ ਆਜ ਲਨਾਲ ਗਰਾਂ ਸੰਭਾਲ ਡੇਡੀ ਸੱਜ ਗਈ ਸ਼ੋਕਾਂ ਦੀ ਬਹੁ ਸਾਰੇ ਅਰਸੇ ਤੋਂ ਫਰਮੈਸ਼ ਲੋਕਾਂ ਦੀ ਜੀਆ ਜੀਆ ਮਾਮਾ ਮਾਮੇ ਅਸੇ ਤਾੜੀਆਂ ਹੋਈ ਲਿਖ ਲਾ ਸਾਂ ਵਿੱਚ ਚੋਕਾਂ ਵਿੱਚ ਲਿਖ ਲਾ ਸਾਂ ਵਿੱਚ ਚੋਕਾਂ ਵਿੱਚ ਜੰਮ ਕੇ ਪਛਮਾਨ ਹੋਇਆ ਮਿਲਾਵਟੀਆਂ ਲੋਕਾਂ ਵਿੱਚ ਆਜ ਲਨਾਲ ਗਰਾਂ ਸੰਭਾਲ ਆਜ ਲਨਾਲ ਗਰਾਂ ਸੰਭਾਲ ਓਏ ਡੇਡੀ ਸੱਜ ਗਈ ਸ਼ੋਕਾਂ ਦੀ ਬਹੁ ਸਾਰੇ ਅਰਸੇ ਤੋਂ ਫਰਮੈਸ਼ ਲੋਕਾਂ ਦੀ ਨਸੀਤਾ ਨਾ ਮਾਇਆ ਨਸੀਤਾ ਕੋਈ ਜਿਗਰੀ ਯਾਰ ਨਹੀਂ ਓਏ ਕੋਈ ਜਿਗਰੀ ਯਾਰ ਨਹੀਂ ਲੈ ਜਾਤੇ ਸਖਤ ਲੈ ਜਾ ਤੇਰਾ ਉਹ ਲੈ ਜੇ ਵਿੱਚ ਪਿਆਰ ਨਹੀਂ ਉਹ ਦਾੜੇ ਔਖੇ ਗੁਜ਼ਾਰੇ ਨੇ ਘਰੇ ਦਾ ਫਰਿੱਜ ਵਿੱਚ ਕੇ ਉਹ ਬਿੱਲ ਬਿਜਲੀ ਦੇ ਤਾਰੇ ਨੇ ਆਜ ਲਨਾਲ ਗਰਾਂ ਸੰਭਾਲ ਆਜ ਲਨਾਲ ਗਰਾਂ ਸੰਭਾਲ ਡੇਡੀ ਸੱਜ ਗਈ ਸ਼ੋਕਾਂ ਦੀ ਬਹੁ ਸਾਰੇ ਅਰਸੇ ਤੋਂ ਫਰਮੈਸ਼ ਲੋਕਾਂ ਦੀ ਉਹ ਭੈੜੇ ਬੰਦੇ ਦਾ ਸੰਗ ਛੋੜੋ ਭੈੜੇ ਬੰਦੇ ਦਾ ਸੰਗ ਛੋੜੋ ਸੱਚ ਦੀ ਮਿਸਾਲ ਬਣੋ ਉਹ ਸਤਾ ਨਸਲਾਂ ਰੰਗ ਛੋੜੋ ਸੋਹਣਾ ਕੱਦ ਤੇ ਕਾਠੀਏ ਸੋਹਣਾ ਕੱਦ ਤੇ ਕਾਠੀਏ ਜੀਵ ਸਰਦਾਰ ਅਰਸ਼ਦ ਗਰੀਬਾਂ ਦਾ ਸਾਥੀ ਗਿਰਾਂ ਖੋਲਾਂ ਵੇ ਥਾਨ ਦੀਆਂ ਗਿਰਾਂ ਖੋਲਾਂ ਵੇ ਥਾਨ ਦੀਆਂ ਕਰ ਕਰ ਗੱਲਾਂ ਹੋ ਸੁਣ ਲੈਰਾ ਸਭ ਖਾਨ ਦੀਆਂ ਓ ਸਣ ਸੋਹਣੀ ਦੁਨੀਆਦਾਰੀ ਸੋਹਣੀ ਦੁਨੀਆਦਾਰੀ ਹਾਜੀ ਮਹਿਬੂਬ ਦੇ ਨਾਲ ਓ ਸਾਡੀ ਪੱਕੀ ਪੱਕੀ ਲੋਰੇ ਚੌਕ ਤੋਂ ਬਹਿ ਗਏ ਲੋਰੇ ਚੌਕ ਤੋਂ ਲੋਰੇ ਚੌਕ ਤੋਂ ਬਹਿ ਗਿਆ ਬੋਦਲਾ ਸਟਾ ਪਾਇਆ ਅਸੀਂ ਬੱਸਾਂ ਤੋਂ ਲੈ ਗਿਆ ਆਜ ਲਨਾਲ ਗਰਾਂ ਸੰਭਾਲ ਡੇਡੀ ਸੱਜ ਗਈ ਸ਼ੋਕਾਂ ਦੀ ਬਹੁ ਸਾਰੇ ਅਰਸੇ ਤੋਂ ਫਰਮੈਸ਼ ਲੋਕਾਂ ਦੀ
ماشاءاللہ سواتی ماما زبردست اور جناب کرے کرے تسی آندے ہو اپنے ترند وچ مولانا عبدالسبوق صاحب بیٹھے ہیں جی سر جی سر ٹھیک ہو مہربان اچھا مولانا صاحب تسی اپنے گراں دی مسیتی وچ ماشاءاللہ پڑھاندے ہو میں کافی عرصہ تقریباً 35 سال اے مرکزی مسجد وچ جمعہ صرف جمعہ ہی رکھے ٹھیک ہے باقی میں سکول وچ نوکری کردا ہاں بغیر سارا نظام اصل جڑا عالم دا یا جس سی اسی آنے نا جو مولوی ہوندے نا مولوی کوئی پیشہ تے نہیں نا اے اساں پڑھا کے تے یہی گل اے تے کوئی آدمی تساں وچ جڑا تساں بہتر سمجھو دین دی معلومات اس کول زیادہ ہے دیندار آدمی اس آگے کر کے نماز پڑھ دینا اے لیکن ساڈے ساڈے اس تے بھی پیشہ بھی بن گیا بہرحال چلو اچھی گل اے اسی بہانے بچے ساڈے پڑھ دیکھ چلدے ڈیڈی پروگرام دیکھتے ہوندے ہو میں تساں دے تقریبا اے ارشد صاحب والی پروگرام بھی دیکھیا اور بھی ایک دو چار پروگرام دیکھے اچھا تھوڑے جی دیکھے ہاں دیکھ ہونے صبح دیکھا کر سن انشاءاللہ کوئی مسئلے علاقے دی ثقافت ہے اساں تسی اجاگر کردے ہو جی اور ساڈی ثقافت دا بنیادی عنصر جڑا ہے او اسلام ہے جی یعنی جڑا اساں بالخصوص اسلامی ممالک اور فل اساں دا بالخصوص ہزارہ جی جی ہزارہ اسلام دا گڑھ ہے اور اساں دی یعنی کلچر دی بنیادی عنصر ہے ہی اسلام ہے اور اسلام نے اندر بزرگا ایک شعر پڑھا ہے اپنے سواتی لالے اور انہوں نے ماں بڑا اچھے لگے بلکہ سارے شعر اچھے لیکن نبی پاک صلی اللہ علیہ وسلم نے ایک یعنی فرمان ہے الاسد کو یونجی والکذب یولک معاشرے ساڈے اندر جھوٹ جڑا پھیل گیا وہ اتوں کن کے تلے تک یعنی بہت اصل سربراہ تو کن کے بنیادی بچے تک سب جھوٹ چل گئے اور جھوٹ کے بارے میں نبی پاک صلی اللہ علیہ وسلم فرمایا کہ جھوٹ امتاں اور اقوام دی علاقت دا سبب بن جائے یعنی سچائی اختیار کرو کہ تسی کامیابی اگر چاہتے ہو تو میں تسوں دے اسے حوالے نال چلو اس پیغام وچ دینا دنیا دے اگر دنیا کامیابی چاہنی ہے تو وہ سچائیاں اختیار کرے اور نبی پاک صلی اللہ علیہ وسلم اپنا ماڈل بنا دے اور انہاں دی یعنی اقتداء دے اندر انہاں دی تقلید دے اندر نبی پاک صلی اللہ علیہ وسلم دی تابعیت داری دے اندر بلکہ جس طرح علامہ صاحب ایک جملے دے اندر پوری دنیا پیغام دے چھڑے کہ کی محمد سے وفا تو نے تو ہم تیرے ہیں یہ جان چیز ہے کیا لوح قلم تیرے ہیں سارے مسائل نبی پاک صلی اللہ علیہ وسلم دی یعنی وفا اور اتباع وچ آ گئے تو عوام اس لیے چاہیے کہ وہ ہمیشہ سچ دا دامن نہ چھوڑے جھوٹ تو بچنے کی کوشش کرے بہت شکریہ بہت شکریہ بڑی مہربانی کاشف بھائی جی جی ماشاء اللہ مطلب اینکاں لا کے تو اور مطلب ہیرو لگ گئے خود بھی لائی تھی فلم والا جی آدمی اسٹین مار دیں یہ سنے مولانا صاحب کو بھی پوچھ کے نا قانون بنانے دعا بیا کرنا تو بھی یہ بنانے قانون کوئی بن دے جی دعا بیا بھی کریکٹ ہے جناب قانون تو موجود ہے روزے اول تو چار بیویاں تسی رکھ سکتے ہو بجا یہ ہونا حجر نہ کسی دو سال کے پڑھنا نہیں یہ گل نہیں ہے جی گل نہیں تیری گل صاحب وہ ہے نالے ہاں گل صاحب میں آتا نہ کچھ مطلب ہے کر یہ دعا بھی اگر کے فرق لگ جائے ائی گل تو تو کیڑا کما کے کھلانا ہے تو منگ تنگ ہی کام کرنا ہے چلو ہو جل سی جی ناظرین ڈیٹی زارے جی ڈیٹی دا ایک رنگ تساں لتا کاختے اس ویرا کی کر دے نچ گانا شانا کوئی نہیں سنا دے میں ابتدا بے تساں دسیا نا کہ اج دو نئے سنگر جڑے جڑے ڈیٹی وچ پہلی واری پرفارم کر سن اور کیٹو ٹیلی ویژن دے ذریعے او دنیا اگے جناب اپڑا اپڑے اپ پیش کر سن اچھا گان دین تے اساں اے اعزاز حاصل کیٹو ٹیلی ویژن کہ بہت سارے نئے لوک نا متعارف کرائیں اپنے مختلف پروگراماں وچ اور ڈیٹی وچ بہت سارے ساڈے گراواں دے جڑے سنگر ہن او متعارف ہوئے اج جڑے دو سنگر دوے نویں دوے پہلی واری ڈیڈی وچ آئے شکور ہزار وی سارے نال موجود ہن انہاں کولوں تسی تھوڑے جے مائیے سنو یقینا تساں مائیے اچھے لگ سن تے زیادہ اچھے نہ لگے تے نواں بچہ جی ذرا تھوڑا جا اسی کیا تھن نا اسی تعریف کرنی ہے اپنی اپنی جائی اور آئندہ بھی اس سے مائیے تساں سننے اور جڑے ساڈے اتھے حاضرین موجود ہن ذرا اسی تھوڑا جا مطلب حوصلہ افزائی کرو تاکہ بچہ اگے جناب اپنے فیلڈ وچ اگے ودھے آؤ جی شکور ہزار وی صاحب تسی جناب اساں مائیے سنو سموالے دی ڈیڈی اور سموالے دی ڈیڈی بھی ظاہر ہے جی لوگ بھی سموالے تے موجود ہیں گلفراز خان ساڈے نال موجود ہیں کیا حال ہے جی تساں دا ٹھیک ہو جی السلام علیکم وعلیکم السلام ماں لگدا ہے پنڈیو آئے ہو نہیں میں سعودیہ تو آیا چھٹی آئے ہیں اچھا ماشاءاللہ سعودیہ کیڑے شہر وچ ہوندے ہو میں سعودیہ جزان وچ کام کے کردے ہو کام اوتھے میں ہے ڈرائیور اچھا ڈرائیور کام کردے ہو گڈیاں وچ اے سی شیسی تے لگے دوندے ہیں اے سی لگے ہوندے پھر کیوں رنگ خراب ہوئے وہ رنگ بس اتنے آئے اچھا ایسے خراب ہو گیا اچھا سعودی عرب تو جتنے لوگ آتے ہیں خاص طور پہ سعودی عرب نا وہ ککڑی اتنے بڑی موٹی ہوتی ہے جی کھانے لوگ زیادہ وہ تائی جلدی ہے اس اچھے موٹے تازے ہوتے ہیں
ਤੁਸੀਂ ਉਹ ਜੇ ਨਹੀਂ ਹੋਏ? ਨਹੀਂ ਮਾਂ, ਥੋੜ੍ਹਾ ਜਿਹਾ ਬਿਮਾਰੀ ਲੱਗ ਗਈ, ਸ਼ੂਗਰ ਹੋ ਗਿਆ, ਸੋ ਅਕਸਰ ਹੋ ਜਾਂਦੇ ਉੱਥੇ ਕਿਉਂਕਿ ਫਰੀਜ਼ ਚੀਜ਼ਾਂ ਹੁੰਦੀਆਂ ਨੇ ਇੱਥੋਂ ਜ਼ਿਆਦਾ, ਅਰਸਾ ਵੀ ਜ਼ਿਆਦਾ ਹੋ ਗਿਆ ਤਕਰੀਬਨ 16-17 ਸਾਲ ਹੋ ਗਏ ਨੇ ਜੀ, ਅਤੇ ਇਸ ਕਰਕੇ ਥੋੜ੍ਹਾ। ਔਰ ਮੈਂ ਸਾਊਦੀ ਅਰਬ ਵਿੱਚ ਜਿੱਥੇ ਵੀ ਸਾਡੇ ਪੁਰਾਣ ਜ਼ਾਹਿਰ ਅਸਾਂ ਦੇਖਦੇ, ਮੈਂ ਗੁਜ਼ਾਰਿਸ਼ ਕਰਨਾ ਕਿ ਮਤਲਬ ਠੀਕ ਹੈ ਖੁਰਾਕ ਮਾਸ਼ਾਅੱਲਾ ਅੱਲਾਹ ਦਾ ਫਜ਼ਲ ਹੈ ਉੱਥੇ, ਕਿਸੇ ਚੀਜ਼ਾਂ ਦਾ ਘਾਟਾ ਨਹੀਂ, ਲੇਕਿਨ ਢਿੱਡ ਸੰਦਾ ਆਪਣੇ ਕਿ ਥੋੜ੍ਹਾ ਜਿਹਾ ਇਹਤਿਆਤ ਕਰਿਆ ਕਰੋ ਕਿ ਜਿਸਲੇ ਮਤਲਬ ਫਿਰ ਕਈ ਲੋਕਾਂ ਦਾ ਤਾਂ ਇਹ ਹੁੰਦਾ ਕਿ ਮਤਲਬ ਮੈਂ ਤਾਂ ਲਈ ਲਫ਼ਜ਼ ਨਹੀਂ ਆਉਣਾ ਚਾਹੀਦਾ, ਕਈ ਲੋਕਾਂ ਦੀਆਂ ਜੇ ਪੇਟੀਆਂ ਆਉਂਦੀਆਂ ਤਾਂ 100% ਹੀ ਅਟੈਕ ਹੋਇਆ, ਔਰ ਅਟੈਕ ਕਿਸ ਨਾਲ ਹੋਇਆ ਕਿ ਲੋਕਾਂ ਦਾ ਕੋਲੈਸਟ੍ਰੋਲ ਲੈਵਲ ਬਹੁਤ ਜ਼ਿਆਦਾ ਹੁੰਦਾ, ਕਿ ਥੋੜ੍ਹਾ ਜਿਹਾ ਆਪਣੀ ਜਾਨੀਆਂ ਵੀ ਦੇਖਿਆ ਕਰੋ ਕਿ ਮਤਲਬ ਤੁਸੀਂ ਤੁਸੀਂ ਨਾ ਤੁਸੀਂ ਪਰ ਠੀਕ ਹੋ, ਲੇਕਿਨ ਸ਼ੂਗਰ ਤੁਸੀਂ ਤਾਂ ਹੀ ਹੋਇਆ ਜੀ, ਕੋਸ਼ਿਸ਼ ਕਰਦੇ ਹਾਂ ਇਨਸ਼ਾਅੱਲਾ ਯਾਰ ਕੋਲੈਸਟ੍ਰੋਲ ਲੈਵਲ ਵੀ ਬਰਾਬਰ ਹੋਵੇ, ਇਸ ਕਰਕੇ ਪੇਟ ਹੀ ਥੋੜਾ ਅੰਦਰ ਰਹਿਣਾ। ਚਲੋ ਡੇਡੀ ਦੇਖਦੇ ਹੁੰਦੇ ਹੋ? ਡੇਡੀ ਦੇਖਦੇ ਆ ਅਕਸਰ ਤਕਰੀਬਨ, ਅੱਛਾ ਜੋ ਮੇਲ ਦੇਣਾ ਸੀ ਦੇਖਦੇ ਆ ਅਕਸਰ, ਜਾਂ ਤਵਾਰ ਨੂੰ ਪਹਿਲੇ ਜੋ ਤੇ ਤਵਾਰ ਆਉਂਦੀ ਹੁਣ ਤਵਾਰ, ਹੁਣ ਤੇ ਤਵਾਰ ਤੇ ਹੋ ਅਮਦ ਦਿਹਾੜੇ ਬਦਲਦੇ ਰਹਿੰਦੇ, ਪਹਿਲੇ ਬਹੁਤ ਅਰਸਾ ਜੁਮੇ ਹੁੰਦੇ ਜੀ ਜੀ ਜੁਮੇ, ਉਹ ਤੁਸਾਂ ਵਾਸਤੇ ਜਿਹੜੇ ਲੋਕ ਸਾਡੇ ਮਿਡਲ ਈਸਟ ਵਿੱਚ ਨਾ, ਜੁਮੇ ਉੱਥੇ ਛੁੱਟੀ ਹੁੰਦੀ ਹੈ ਤੇ ਅਸਾਂ ਤੁਸਾਂ ਵਾਸਤੇ ਜੁਮਾ ਰੱਖਦਾ ਆ, ਲੇਕਿਨ ਉਸ ਤੋਂ ਬਾਅਦ ਫਿਰ ਇਤਾਰ ਵੀ ਰੱਖਦਾ ਤੇ ਬਹਰਹਾਲ ਬੜੀ ਅਕਸਰ ਤਰੀਕੇ ਨਾਲ ਬੜੀ ਸ਼ੌਕ ਨਾਲ ਅਸੀਂ ਦੇਖਦੇ ਹਾਂ, ਬਲਕਿ ਪੰਜਾਬ ਦੇ ਲੋਕ ਅਸਾਂ ਨਾਲ ਹੁੰਦੇ ਨੇ, ਸਾਡੀ ਸਕਾਫਤ ਆ ਖਾਸ ਕਰਕੇ ਆਪਣੇ ਮਾਮੇ ਦੀ ਔਰ ਭੋਲੇ ਦੀ, ਔਰ ਬਲਕਿ ਬੜਾ ਇਸ ਤਰ੍ਹਾਂ ਚੀਜ਼ ਆ ਅਸੀਂ ਸਰਾਹਨੇ ਹਾਂ ਜਿਹੜਾ ਠੀਕ ਹੈ ਅਸਾਂ ਨਮੂਨੇ ਵੀ ਸਾਡੇ ਇਲਾਕੇ ਨਹੀਂ ਨਹੀਂ ਅਸਾਂ ਭੋਲਿਆਂ ਬੜਾ ਯਾਦ ਕੀਤਾ ਜਾਂਦਾ, ਅੱਛਾ ਅਸਾਂ ਜ਼ਿਆਦਾ ਲੋਕ ਯਾਦ ਕਰਦੇ ਹਾਂ ਜੀ ਜੀ, ਹਾਂ ਬਸ ਇਹ ਨਾ ਅਸਲ ਵਿੱਚ ਪਰਦੇਸ਼ ਵਿੱਚ ਆਪਣੀ ਜ਼ਬਾਨ ਆਪਣੀ ਜ਼ਬਾਨ ਵਿੱਚ ਗੱਪ ਸ਼ੱਪ ਔਰ ਆਪਣੀ ਜ਼ਬਾਨ ਦਾ ਮਿਜ਼ਾਜ ਸ਼ਾਇਰੀ ਇਹ ਸਾਰੀਆਂ ਚੀਜ਼ਾਂ ਅੱਛੀਆਂ ਲੱਗਦੀਆਂ, ਔਰ ਡੇਡੀ ਪ੍ਰੋਗਰਾਮ ਜਿਤਨਾ ਜ਼ਿਆਦਾ ਮਕਬੂਲ ਹੈ ਉਸ ਵਿੱਚ ਬੜਾ ਕਿਰਦਾਰ ਸਾਡੇ ਸਾਡੇ ਪਾਕਿਸਤਾਨੀਆਂ ਦਾ। ਅਤੇ ਚਲੋ ਜੀ, ਕਿੰਨੀ ਛੁੱਟੀ ਹੈ? ਛੁੱਟੀ 3 ਮਹੀਨੇ ਰਹਿ ਗਈ ਹੈ, 1 ਮਹੀਨਾ ਗੁਜ਼ਰ ਗਈ। ਅੱਛਾ, 4 ਮਹੀਨੇ ਛੁੱਟੀ, ਜੇ ਆਦਮੀ ਛੁੱਟੀ ਬਾਹਰੋਂ ਆਉਂਦਾ ਉਹਦੇ ਤੇ ਦਿਹਾੜੇ ਗਿਣਦਾ ਰਹਿੰਦਾ, ਇਹੀ ਗੱਲ ਹੈ, ਪਰੇਸ਼ਾਨੀ ਹੁੰਦੀ। ਚਲੋ ਜੀ, ਰੋਜ਼ਗਾਰ ਅਸਾਂ ਦੇ ਇਲਾਕੇ 'ਚ ਰੋਜ਼ਗਾਰ ਉਤਨਾ ਨਹੀਂ, ਅਤੇ ਅੱਲਾ ਕਰੇ ਕਿ ਅਸਾਂ ਦੇ ਹੁਕਮਰਾਨਾਂ ਵੀ ਕੋਈ ਥੋੜ੍ਹੀ ਜਿਹੀ ਅਕਲ ਆਵੇ, ਅਤੇ ਸਭ ਕੁਝ ਹੈ, ਸਿਰਫ ਇਹ ਕਿ ਸਾਡੀ ਜਿਹੜੀ ਪਲੈਨਿੰਗ ਹੈ ਨਾ ਉਹ ਬਿਲਕੁਲ, ਅਸੀਂ ਜ਼ਾਹਿਰ ਉੱਥੇ ਦੇਖਦੇ ਹਾਂ ਨਾ ਹਾਲਾਤ ਉੱਥੇ ਦੇ ਜਾਂ ਉੱਥੇ ਦੇ ਕਾਨੂੰਨ ਆ ਸਿਸਟਮ ਆ ਦੇਖਦੇ ਹਾਂ, ਅਸਾਂ ਕੋਲ ਅੱਲਾ ਤਾਲਾ ਨੇ ਸਭ ਕੁਝ ਦਿੱਤੇ ਹੈ। ਬਿਲਕੁਲ, ਉੱਥੇ ਸੁੱਕੇ ਪਹਾੜ, ਸੁੱਕਾ ਹਰ ਚੀਜ਼ ਹੁੰਦੀ ਹੈ, ਫਿਰ ਵੀ ਅੱਲਾ ਕਿਉਂਕਿ ਉੱਥੇ ਨਿਜ਼ਾਮ ਇੱਕ ਸਿਸਟਮ ਹੈ ਚੱਲਦਾ, ਅਸਲ ਵਿੱਚ ਰੋਜ਼ਗਾਰ ਲੱਗੇ ਪਏ ਨੇ, ਬਲਕਿ ਕਈ ਲੋਕ ਗਏ ਨੇ, ਬਹੁਤ ਸਾਰੇ ਲੱਖਾਂ ਦੀ ਤਾਦਾਦ ਵਿੱਚ ਉੱਥੋਂ ਗਏ ਨੇ ਰੋਜ਼ਗਾਰ ਵਾਸਤੇ। ਬਿਲਕੁਲ, ਬਹਰਹਾਲ ਜੀ, ਅੱਲਾ ਅੱਲਾ ਮਿਹਰਬਾਨੀ ਕਰੇ ਅਤੇ ਅੱਲਾ ਅਸਾਂ ਵੀ ਠੀਕ ਕਰੇ ਔਰ ਅਸੀਂ ਠੀਕ ਹੋ ਸਾਂ ਤਾਂ ਹੁਕਮਰਾਨ ਵੀ ਠੀਕ ਕਰਾਂ। ਬੜੀ ਮਿਹਰਬਾਨੀ ਤੁਸਾਂ ਦੀ, ਤੁਹਾਨੂੰ ਅੱਛੀ ਗੱਲ ਹੋਈ, ਹੋਰ ਕੋਈ ਗੱਲ ਕਰਨਾ ਚਾਹੁੰਦੇ ਹੋ? ਤੁਸਾਂ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਜੀ ਜੀ ਮਲਕ ਸਾਹਿਬ, ਤੁਸਾਂ ਦਾ ਖਾਸ ਕਰਕੇ ਮਾਮੇ ਦਾ ਭੋਲੇ ਦਾ ਅਤੇ 4 ਚੰਦ ਲਾ ਸਕਦੇ ਹਾਂ ਜਾਣ ਕੇ, ਅਤੇ ਬਾਕੀ ਅਸੀਂ ਇਹਨਾਂ ਸਾਰਿਆਂ ਭਰਾਵਾਂ ਦਾ ਜਿਹੜੇ ਆਏ ਨੇ ਦੂਰ ਦਰਾਜ ਤੋਂ ਵੀ ਆਏ ਨੇ, ਕੋਈ ਆਪਣੇ ਗ੍ਰਾਹਕ ਨੇ ਵੀ ਆਏ ਨੇ, ਔਰ ਅਸੀਂ ਲਰਾਸਮ ਖਾਨ ਦਾ ਸ਼ੁਕਰੀਆ ਅਦਾ ਕਰਨਾ ਜਿਸ ਨੇ ਇਹ ਚੀਜ਼ ਸਜਾਈਏ, ਹਾਂਜੀ ਇਸ ਰੋਣੋਂ ਕਾ ਆਬਾਦ ਕੀਤਾ ਸੋ, ਅਤੇ ਅਸ਼ੋਕ ਸਾਹਿਬ ਨੂੰ ਸ਼ੁਕਰੀਆ ਅਦਾ ਕਰਨੇ ਜਿਹਨਾਂ ਕਰਦਾਰ ਅਦਾ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜਨਾਬ ਤੁਸਾਂ ਦੀ, ਕਿ ਤੁਸੀਂ ਗੱਲ ਕੀਤੀ। ਇਲਿਆਸ ਖਾਨ ਸਾਹਿਬ ਬੈਠੇ ਦਿਨ ਜੀ ਨਾਲ, ਕੀ ਹਾਲ ਹੈ ਜੀ, ਤੁਸੀਂ ਕਿੱਥੇ ਹੁੰਦੇ ਹੋ ਜੀ? ਅਸਲਾਮ ਵਾਲੇਕੁਮ, ਮੈਂ ਇੱਥੇ ਸਮਾਲ ਵਿੱਚ ਹੀ ਹੁੰਦਾ ਜੀ, ਮੈਂ ਸ਼ੁਕਰੀਆ ਅਦਾ ਕਰਨਾ ਜੀ ਲਰਾਸਬ ਖਾਨ ਜਤੂਨ ਦਾ, ਸਰਦਾਰ ਅਰਸ਼ਦ ਰਹਿਮਾਨ ਦਾ ਔਰ K2 TV ਦੀ ਪੂਰੀ ਟੀਮ ਦਾ ਸ਼ੁਕਰੀਆ ਅਦਾ ਕਰਨਾ, ਜਿਹੜੇ ਤੁਸੀਂ ਸਾਡੇ ਗ੍ਰਾਮ ਵਿੱਚ ਆਏ ਹੋ, ਅਸਾਂ ਦਾ ਗ੍ਰਾਮ ਹੀ ਪੂਰੀ ਦੁਨੀਆ 'ਤੇ ਰੋਸ਼ਨ ਹੋ ਜਾਵੇ ਨਾ। ਇਸ ਤੋਂ ਪਹਿਲੇ ਮੈਂ ਨਾਮ ਨਾ ਕਹਿੰਦਾ, ਇਹ ਕੈਂਡੀਡੇਟ ਹੈ, ਉਹਨਾਂ ਆਖਿਆ ਸੁੰਗਾਲਾ ਤਾਂ ਸਾਡੀ ਲਿਸਟਾਂ ਵਿੱਚ ਨਹੀਂ ਹੈ। ਅੱਛਾ, ਔਰ ਇਹ ਅਸਾਂ ਦੇ ਲੋਕ ਜਿਹੜੇ ਨੇ ਬੜੇ ਪਿਆਰ ਮੁਹੱਬਤ ਵਾਲੇ ਲੋਕ ਨੇ, ਇਹ ਪਿੰਡੀਓ ਆਪਣੇ ਕਿਰਾਏ ਲਾ ਕੇ ਆ ਗਏ ਅਤੇ ਇਹਨਾਂ ਲੋਕਾਂ ਵੋਟ ਦਿੰਦੇ ਨੇ, ਜਿਹੜੇ MP MLA ਬਣਦੇ ਨੇ ਆਪਣੇ ਕੋਲੋਂ ਕਿਰਾਏ ਲਾ ਕੇ ਆ ਕੇ, ਉਹ ਜਦੋਂ ਜਿੱਤ ਜੁਲਦੇ ਨੇ ਫਿਰ 5 ਸਾਲ ਅਸਾਂ ਮਿਲਦੇ ਨਹੀਂ ਇੱਥੇ, ਫਿਰ ਗਾਇਬ, ਜਦੋਂ ਹਾਰ ਜੁਲਦੇ ਨੇ ਤਾਂ ਅਸਾਂ ਥੋੜ੍ਹਾ ਬਹੁਤ ਫਾਇਦਾ ਹੋ ਜੁਲਦਾ, ਫਾਇਦਾ ਅਸਾਂ ਇਹ ਹੁੰਦਾ ਕਿ ਉਹ ਆਪਣੀ ਵੋਟ ਪੱਕੀ ਕਰਨ ਵਾਸਤੇ 5 ਲੱਖ ਰੁਪਏ ਇਸ ਮਹੱਲੇ ਵਿੱਚ ਆ ਦਿੰਦੇ ਨੇ, 5 ਲੱਖ ਉਸ ਮਹੱਲੇ ਵਿੱਚ ਦਿੱਤਾ, 10 ਲੱਖ ਦੂਏ ਮਹੱਲੇ ਵਿੱਚ ਆ ਦਿੰਦੇ, ਇਹ ਅਸਾਂ ਉਹਨਾਂ ਨਾਲ ਫਾਇਦਾ ਇੱਕ ਆਉਂਦਾ, ਉਹਨਾਂ ਨੇ ਹਰਨੇ ਨਾਲ ਫਾਇਦਾ ਹੁੰਦਾ, ਜਿਤਨੇ ਨਾਲ ਫਾਇਦਾ ਅਸਾਂ ਅੱਜ ਦਿਨ ਤੱਕ ਕਦੇ ਨਹੀਂ ਹੋਇਆ, ਲਿਹਾਜ਼ਾ ਅਸਾਂ ਨਾਲ ਬੜਾ ਪਸਮਾਂਦਾ ਜਿਹਾ ਇਲਾਕੇ ਹੈ, ਇਸ ਪਸਮਾਂਦਾ ਇਲਾਕੇ ਆ ਤੋਂ ਸਾਡੀ ਵਸਾਤਤ ਨਾਲ ਅਸੀਂ ਅਖਵਾਮ ਬਾਲਤ ਅੱਗੇ ਗੱਲ ਪਹੁੰਚਾਉਂਦੇ ਹਾਂ ਕਿ ਇਸ ਉੱਤੇ ਵੀ ਤਵੱਜੋ ਦਿਓ, ਇਸ ਦੀ ਖੂਬਸੂਰਤੀ ਦੇਖੋ, ਕਿੰਨਾ ਖੂਬਸੂਰਤ ਹੈ ਸਾਡਾ ਗ੍ਰਾਮ, ਮਾਸ਼ਾਅੱਲਾ ਬੜਾ ਖੂਬਸੂਰਤ ਹੈ, ਲੇਕਿਨ ਇਸ ਵਿੱਚ ਤਰੱਕੀਆਤੀ ਕੰਮ ਕੋਈ ਵੀ ਨਹੀਂ, ਪਿਛਲੇ 5 ਸਾਲ ਵਿੱਚ ਸਰਦਾਰ ਅਰਸ਼ਦ ਰਹਿਮਾਨ ਸਾਹਿਬ ਨਾਜ਼ਮ ਹੈ ਅਤੇ ਸਾਡੇ ਮਲਕ ਬਾਬਾ ਨੇ ਇੱਥੇ ਉਹ ਨਾਇਬ ਨਾਜ਼ਮ ਹੈ, ਉਹਨਾਂ ਕੁਝ ਕੰਮ ਕਰਾਏ ਨੇ ਗਲੀਆਂ ਵਿੱਚ, ਇਹਨਾਂ ਫੰਡ ਮਿਲੇ ਆ, ਇਹਨਾਂ ਕੰਮ ਕਰਾਏ, ਉਸ ਤੋਂ ਬਾਅਦ ਇਹ ਮੌਜੂਦਾ ਜਿਹੜੇ ਮੈਂਬਰਾਨ ਨੇ ਇਹਨਾਂ ਤੇ ਰੁਪਿਆ ਇੱਕ ਨਹੀਂ ਮਿਲਿਆ, ਲਹਿਰਾਸਬ ਖਾਨ ਫਿਰ ਆਪਣੇ ਕੋਲੋਂ ਕੋਈ ਉਹ NDA ਪਤਾ ਨਹੀਂ ਕਿਹੜੀ ਤਨਜ਼ੀਮ ਹੈ, ਉਸ ਤਨਜ਼ੀਮ ਨੇ ਥਰੂ ਚਲੋ ਕੁਝ ਨਾ ਕੁਝ ਸ਼ੁਗਲ ਮੇਲਾ ਲਾਉਂਦੇ ਰਹਿੰਦੇ ਨੇ ਇੱਥੇ। ਚਲੋ ਠੀਕ, ਅੱਗੇ ਚੱਲਦੇ, ਮਿਹਰਬਾਨੀ ਮਿਹਰਬਾਨੀ, ਬਹੁਤ ਸ਼ੁਕਰੀਆ। ਅੱਜ ਇੱਕ ਨਵੇਂ ਸਿੰਗਰ, ਪਹਿਲੇ ਵੀ ਤੁਸੀਂ ਸੁਣੇ ਸ਼ਕੂਰ ਹਜ਼ਾਰ ਵੀ, ਅਤੇ ਹੁਣ ਤੁਸੀਂ ਆਕਾਸ਼ ਸੱਤਾਰ ਕੋਲੋਂ ਗੀਤ ਸੁਣਾ ਸਾਂ, ਅਤੇ